ਪਵਿੱਤਰ ਫਤਿਹ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਇਤਿਹਾਸਕਾਰੀ ਹੋਣ ਕਰਕੇ ਥੋੜ੍ਹੀ ਜਿਹੀ ਸ਼ਬਦਾਵਲੀ ਦੇ ਉੱਪਰ ਨੁਕਤਾਚੀਨੀ ਕਰਨੀ ਤਕਰੀਬਨ ਸਾਡਾ ਇਤਿਹਾਸਕਾਰਾਂ ਦਾ ਸੁਭਾਅ ਜਿਹਾ ਹੀ ਬਣ ਜਾਂਦਾ ਹੈ। ਇਸ ਵਾਰੀ ਤਾਂ ਜੋ ਹੋ ਗਿਆ ਠੀਕ ਹੈ, ਇਸ ਪ੍ਰਬੰਧਕ ਕਮੇਟੀ ਦੇ ਵੀਰਾਂ ਨੂੰ ਅਗਲੀ ਵਾਰੀ ਤੋਂ ਮੇਰੀ ਬੇਨਤੀ ਕਿ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ ਉਹਨਾਂ ਦੇ ਪ੍ਰਤੀ ਜਦੋਂ ਅਸੀਂ ਦਿਹਾੜਾ ਮਨਾਉਂਦੇ ਹਾਂ ਤਾਂ ਬਰਸੀ ਸ਼ਬਦ ਉਹਨਾਂ ਦੇ ਵਾਸਤੇ ਵਰਤਿਆ ਜਾਂਦਾ ਹੈ ਜਿੱਥੇ ਮੌਤ ਦਾ ਕਾਰਨ ਕੁਦਰਤੀ ਮੌਤ ਹੋਵੇ। ਸੋ ਇੱਥੇ ਅਸੀਂ ਸ਼ਬਦ ਵਰਤਣਾ ਹੈ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਹਾੜਾ। ਬਰਸੀ ਸ਼ਬਦ ਵਰਤਿਆ ਹੀ ਉੱਥੇ ਜਾਂਦਾ ਹੈ ਜਿੱਥੇ ਮੌਤ ਦਾ ਕਾਰਨ ਕੁਦਰਤੀ ਹੋਵੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਂਦੇ ਹਾਂ, ਜਾਂ ਪੰਜਾਬ ਦੇ ਵਿੱਚ ਬਥੇਰੇ ਸਾਧ ਡੇਰੇਦਾਰ ਨੇ ਜਿਨ੍ਹਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ। ਪਰ ਸ਼ਹਾਦਤ ਦਾ ਪੈਰਾਮੀਟਰ, ਸ਼ਹਾਦਤ ਦਾ ਮਾਪਦੰਡ ਬਹੁਤ ਉੱਚਾ ਹੈ। ਸੋ ਅੱਜ ਦਾ ਦਿਨ ਹਰੀ ਸਿੰਘ ਨਲੂਏ ਦਾ ਸ਼ਹਾਦਤ ਦਾ ਦਿਨ, ਸ਼ਹੀਦੀ ਦਿਹਾੜਾ, 30 ਅਪ੍ਰੈਲ 1837। 2037 ਦੇ ਵਿੱਚ ਇਸ ਸ਼ਹਾਦਤ ਨੂੰ 200 ਸਾਲ ਹੋ ਜਾਣਗੇ, 2 ਸਦੀਆਂ। ਅਫਸੋਸ ਦੀ ਗੱਲ ਕਿ ਸਾਡੀ ਕੌਮ ਨੇ ਅਜੇ ਤੱਕ ਉਸ ਜਰਨੈਲ ਦੇ ਜੀਵਨ ਦੇ ਸਾਰੇ ਪੱਖਾਂ ਉੱਪਰ ਨਾ ਅਜੇ ਤੱਕ ਖੋਜ ਕੀਤੀ ਹੈ ਅਤੇ ਨਾ ਉਸ ਜਰਨੈਲ ਦੇ ਸਾਰੇ ਪੱਖ ਅਸੀਂ ਅਜੇ ਤੱਕ ਦੁਨੀਆ ਦੇ ਸਾਹਮਣੇ ਰੱਖ ਸਕਦੇ ਹਾਂ। ਉਹਨਾਂ ਪੱਖਾਂ ਦੀ ਸ਼ੁਰੂਆਤ ਉਸਦੇ ਜਨਮ ਤੋਂ ਲੈ ਕੇ ਉਸਦੀ ਸ਼ਹਾਦਤ ਦੇ ਦਿਨ ਤੱਕ ਹੈ। ਔਰ ਇਹ ਉਹ ਸ਼ਹਾਦਤ ਹੈ ਜਿਸ ਸ਼ਹਾਦਤ ਦੀ ਖਬਰ ਜਦੋਂ ਸ਼ੇਰੇ ਪੰਜਾਬ ਹਰੀ ਸਿੰਘ ਨਲੂਏ ਨੂੰ ਲਾਹੌਰ ਦੇ ਵਿੱਚ ਮਿਲੀ ਸੀ ਤਾਂ ਉਹਨੇ ਅੱਖਾਂ ਦੇ ਵਿੱਚ ਹੰਝੂ ਵਹਾ ਕੇ ਇੱਕ ਗੱਲ ਕਹੀ ਸੀ ਕਿ ਅੱਜ ਮੇਰਾ ਅੱਧਾ ਰਾਜ ਚਲਾ ਜਾਂਦਾ, ਮੈਨੂੰ ਕੋਈ ਦੁੱਖ ਨਹੀਂ ਸੀ ਹੋਣਾ, ਮੇਰੇ ਕੋਲ ਹਰੀ ਸਿੰਘ ਨਲੂਆ ਜਿਉਂਦਾ ਹੁੰਦਾ ਤਾਂ ਮੈਂ ਉਸ ਅੱਧੇ ਰਾਜ ਨੂੰ ਇੱਕ ਦਿਨ ਵਿੱਚ ਲੈ ਸਕਦਾ ਸੀ, ਪਰ ਅੱਜ ਮੇਰੇ ਕੋਲ ਹਰੀ ਸਿੰਘ ਨਲੂਆ ਚਲਾ ਗਿਆ ਅਤੇ ਜਿਹੜੇ ਉਹਨੇ ਇਲਾਕੇ ਜਿੱਤੇ ਨੇ ਮੈਂ ਉਹਦੇ ਤੋਂ ਬਿਨਾਂ ਜਿੱਤ ਹੀ ਨਹੀਂ ਸੀ ਸਕਦਾ। ਇਹ ਸ਼ਬਦ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਹੇ ਸੀ। ਹੁਣ ਇਹਨਾਂ ਸ਼ਬਦਾਂ ਤੋਂ ਅੰਦਾਜ਼ਾ ਤੁਸੀਂ ਲਗਾ ਲਓ ਕਿ ਉਸ ਜਰਨੈਲ ਦੀ ਸਿੱਖ ਰਾਜ ਦੇ ਵਿੱਚ ਅਹਿਮੀਅਤ ਅਤੇ ਸਿੱਖ ਰਾਜ ਦੀਆਂ ਹੱਦਾਂ ਨੂੰ ਫੈਲਾਉਣ ਦੇ ਵਿੱਚ ਉਸ ਦਾ ਕਿੰਨਾ ਵੱਡਾ ਯੋਗਦਾਨ ਸੀ। ਉਸਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਮੈਂ ਵੀਰ ਜੀ ਹੁਣਾਂ ਦੇ ਨਾਲ ਗੱਲ ਕਰ ਰਿਹਾ ਸੀ, ਕਿਤਾਬਾਂ ਦੇ ਵਿੱਚ ਉਹਨਾਂ ਦੇ ਜਾਂ ਉਹਨਾਂ ਦੇ ਨਾਂ ਪਿਤਾ ਦੇ ਨਾਮ ਤੋਂ ਇਤਿਹਾਸ ਸ਼ੁਰੂ ਹੋ ਜਾਂਦਾ, ਪਰ ਉਹਨਾਂ ਦੇ ਵਡੇਰੇ ਸਰਦਾਰ ਨਾਰਾਇਣ ਸਿੰਘ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਖੰਡੇ ਬਾਟੇ ਦੀ ਪਾਹੁਲ ਲਈ ਹੈ। ਸਰਦਾਰ ਨਾਰਾਇਣ ਸਿੰਘ ਦਾ ਪੁੱਤਰ ਸਰਦਾਰ ਹਰਦਿੱਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਦਾ ਰਿਹਾ। ਅੱਗੋਂ ਉਸ ਦਾ ਪੁੱਤਰ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਾਹ ਸਿੰਘ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਦਾ ਰਿਹਾ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਹਰੀ ਸਿੰਘ ਨਲੂਏ ਤੋਂ 11 ਸਾਲ ਵੱਡੀ ਸੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 11 ਸਾਲ ਬਾਅਦ, ਉਹਦੇ ਜਨਮ ਦੇ 11 ਸਾਲ ਬਾਅਦ ਸਰਦਾਰ ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਇਸ ਜਰਨੈਲ ਦਾ ਜਨਮ 1791 ਦੇ ਵਿੱਚ ਹੋਇਆ। ਉਮਰ 7.5 ਸਾਲ ਦੀ ਸੀ। 1798-99 ਦੇ ਵਿੱਚ ਪਿਤਾ ਸਰਦਾਰ ਗੁਰਦਿਆਲ ਸਿੰਘ ਦੀ ਮੌਤ ਹੋ ਗਈ। ਮਾਤਾ ਧਰਮ ਕੌਰ ਨੇ ਪਾਲਣ ਪੋਸ਼ਣ ਕੀਤਾ, ਬੱਚੇ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਨਾਨਕਿਆਂ ਦੇ ਕੋਲ। ਨਾਨਕਿਆਂ ਦੇ ਕੋਲ 1814 ਤੱਕ ਕੌਮ ਦੇ ਇਸ ਜਰਨੈਲ ਨੇ ਕੇਵਲ ਅਤੇ ਕੇਵਲ ਸ਼ਸਤਰ ਵਿੱਦਿਆ ਹੀ ਗ੍ਰਹਿਣ ਨਹੀਂ ਕੀਤੀ, ਇਹਨਾਂ ਦਾ ਜਿਹੜਾ ਸ਼ਸਤਰ ਵਿੱਦਿਆ ਦਾ ਉਸਤਾਦ ਸੀ, ਜਦੋਂ ਮਾਂ ਲੈ ਕੇ ਗਈ ਕਿ ਮੇਰੇ ਬੱਚੇ ਨੂੰ ਗੱਤਕਾਬਾਜ਼ੀ ਔਰ ਸ਼ਸਤਰ ਵਿੱਦਿਆ ਦਾ ਅਧਿਐਨ ਕਰਾਉਣਾ ਹੈ ਅਤੇ ਸ਼ਸਤਰ ਵਿੱਦਿਆ ਦੇ ਉਸ ਸਮੇਂ ਦੇ ਉਸਤਾਦ ਨੇ ਕਿਹਾ ਸੀ, ਮੈਂ ਤੇਰੇ ਬੱਚੇ ਨੂੰ ਸ਼ਸਤਰ ਵਿੱਦਿਆ ਦਾ ਗੁਣ ਤਾਂ ਦੇ ਸਕਦਾ ਹਾਂ, ਪਰ ਇੱਕ ਗੱਲ ਦਾ ਖਿਆਲ ਰੱਖੀ ਕਿ ਇਸ ਸ਼ਸਤਰ ਵਿੱਦਿਆ ਨੂੰ ਸਿੱਖਦਿਆਂ ਅੰਗ ਵੀ ਜਾ ਸਕਦਾ ਅਤੇ ਜਾਨ ਵੀ ਜਾ ਸਕਦੀ ਹੈ।
ਇੰਨੀ ਔਖੀ ਸਿਖਲਾਈ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਸ਼ਸਤਰ ਵਿੱਦਿਆ ਦੀ ਲਈ, ਔਰ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਸ਼ਸਤਰ ਦੀ ਵਿੱਦਿਆ ਦੀ ਸਿਖਲਾਈ ਸੀ ਉਹ ਅੱਜ ਵਰਗੀ ਨਹੀਂ ਸੀ। ਜਿਹੜਾ ਤੁਸੀਂ ਗੱਤਕੇ ਦੇ ਅੱਜ ਸਟੰਟ ਵੇਖਦੇ ਹੋ, ਜਿਹੜੀ ਸ਼ਸਤਰ ਵਿੱਦਿਆ ਤੁਸੀਂ ਅੱਜ ਵੇਖਦੇ ਹੋ, ਇਹ ਸਾਡੇ ਉਸ ਮਾਰਸ਼ਲ ਆਰਟ ਦਾ ਹਿੱਸਾ ਨਹੀਂ ਹੈ ਕਿ ਸਿਰ ਦੇ ਉੱਪਰ ਅੱਗ ਲਾ ਲੈਣੀ, ਟਿਊਬਾਂ ਤੋੜ ਦੇਣੀਆਂ, ਉੱਪਰੋਂ ਦੀ ਮੋਟਰਸਾਈਕਲ ਲੰਘਾ ਦੇਣਾ, ਇਹ ਸਾਡੀ ਸ਼ਸਤਰ ਵਿੱਦਿਆ ਨਹੀਂ ਸੀ। ਇਹਦਾ ਸਾਡੀ ਸ਼ਸਤਰ ਵਿੱਦਿਆ ਦੇ ਨਾਲ, ਸਾਡੇ ਮਾਰਸ਼ਲ ਆਰਟ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ। ਸੋ ਇਸ 14 ਸਾਲ ਦੀ ਉਮਰ ਤੱਕ ਕੌਮ ਦੇ ਇਸ ਜਰਨੈਲ ਨੇ ਸ਼ਸਤਰ ਵਿੱਦਿਆ ਦਾ ਅਧਿਐਨ ਕੀਤਾ, ਗੁਰਮੁਖੀ ਦਾ ਅਧਿਐਨ ਕੀਤਾ। ਇਤਿਹਾਸਕ ਸਰੋਤ ਦੱਸਦੇ ਨੇ ਕਿ 10 ਗ੍ਰੰਥੀ ਕੰਠ ਸੀ, ਔਰ ਇਹਦੇ ਤੋਂ ਇਲਾਵਾ ਫਾਰਸੀ ਔਰ ਪਸ਼ਤੋ ਦਾ ਅਧਿਐਨ ਕੀਤਾ। ਫਾਰਸੀ ਦਾ ਇਸ ਕਰਕੇ ਕਿ ਉਹਨਾਂ ਸਮਿਆਂ ਦੇ ਵਿੱਚ ਸਾਡੀ ਰਾਜ ਭਾਸ਼ਾ ਫਾਰਸੀ ਸੀ। ਪਸ਼ਤੋ ਦਾ ਅਧਿਐਨ ਇਸ ਕਰਕੇ ਕੀਤਾ ਕਿ ਜਿਸ ਇਲਾਕੇ ਦੇ ਵਿੱਚ ਜਨਮ ਹੋਇਆ, ਗੁਜਰਾਂਵਾਲੇ ਦੇ ਵਿੱਚ, ਉਹਦੇ ਤੋਂ ਜਿਹੜਾ ਪਾਰ ਦਾ ਇਲਾਕਾ ਸੀ ਪਠਾਣਾ ਦਾ, ਉਹ ਸਾਰਾ ਪਸ਼ਤੋ ਬੋਲਦਾ ਸੀ। ਕੁਦਰਤਨ ਇਹਨਾਂ ਭਾਸ਼ਾਵਾਂ ਦਾ ਅਧਿਐਨ ਕੀਤਾ, ਔਰ ਉਹਨਾਂ ਸਮਿਆਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਵਿਸਾਖੀ ਤੋਂ ਲੈ ਕੇ ਬਸੰਤ ਪੰਚਮੀ ਤੱਕ ਖਾਸ ਤਰ੍ਹਾਂ ਦੇ ਦੀਵਾਨ ਸਜਾਏ ਜਾਂਦੇ ਸੀ। ਉਹਨਾਂ ਦੀਵਾਨਾਂ ਦੇ ਵਿੱਚ ਅੱਜ ਵਰਗਾ ਜੋ ਕੁਛ ਹੁੰਦਾ ਹੈ ਨਾ, ਇਹ ਨਹੀਂ ਸੀ ਹੁੰਦਾ ਕਿ ਮਹਿਜ਼ ਇੱਕ ਮੇਲੇ ਦੇ ਵਾਂਗੂ ਅਸੀਂ ਖਾਧਾ ਪੀਤਾ ਅਤੇ ਘਰਾਂ ਨੂੰ ਵਾਪਸ ਆ ਗਏ। ਉਹਨਾਂ ਦੀਵਾਨਾਂ ਦੇ ਵਿੱਚ ਸ਼ਸਤਰ ਵਿੱਦਿਆ ਦੇ ਮੁਕਾਬਲੇ ਹੁੰਦੇ ਸੀ, ਅਤੇ ਜਿਹੜੇ ਸ਼ਸਤਰ ਵਿੱਦਿਆ ਦੇ ਸਿਖਲਾਈ ਪ੍ਰਾਪਤ ਚੰਗੇ ਨੌਜਵਾਨ ਹੁੰਦੇ ਸੀ, ਉਹਨਾਂ ਨੂੰ ਉਸ ਸਮੇਂ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਸੀ। 14 ਸਾਲ ਦੀ ਉਮਰ ਦੇ ਵਿੱਚ, 15ਵਾਂ ਸਾਲ ਅਜੇ ਲੱਗ ਰਿਹਾ ਹੈ, 1805 ਦੇ ਵਿੱਚ ਇਹ ਜਿਹੜਾ ਮੁੱਛ ਫੁੱਟ ਗੱਭਰੂ ਹੈ, ਅਜੇ ਨੌਜਵਾਨੀ ਦੀ ਦਹਲੀਜ਼ 'ਤੇ ਪੈਰ ਨਹੀਂ ਧਰਿਆ, ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਸ ਸ਼ਸਤਰ ਵਿੱਦਿਆ ਦੇ ਕਰਤੱਵ ਦਿਖਾਉਣ ਵਾਲੇ ਉਸ ਇਕੱਠ ਦੇ ਵਿੱਚ ਆਇਆ, ਸ਼ਸਤਰ ਵਿੱਦਿਆ ਦੇ ਕਰਤੱਵ ਦਿਖਾਏ। ਇੰਨੀ ਵਧੀਆ ਸ਼ਸਤਰ ਵਿੱਦਿਆ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤੀ ਕਿ ਰਣਜੀਤ ਸਿੰਘ ਨੇ ਪਹਿਲੀ ਵਾਰ ਹੀ ਇਸ ਦੀ ਸ਼ਸਤਰ ਵਿੱਦਿਆ ਵੇਖਣ ਤੋਂ ਬਾਅਦ ਇਸ ਨੂੰ ਆਪਣਾ ਨਿੱਜੀ ਅੰਗ ਰੱਖਿਅਕ ਨਿਯੁਕਤ ਕੀਤਾ, ਬਿਲਕੁਲ ਆਪਣੇ ਨਾਲ ਰੱਖਿਆ ਇਸ ਨੂੰ। ਔਰ ਜਿਹੜੀ ਘਟਨਾ ਉਹਦੇ ਨਾਮ ਦੇ ਨਾਲ ਨਲੂਆ ਲੱਗਣ ਦੀ ਵਾਪਰੀ ਹੈ, ਇਹ ਵੀ ਉਸ ਅਗਲੇ ਸਾਲ ਦੇ ਵਿੱਚ ਵਾਪਰੀ ਹੈ, 1806 ਦੇ ਵਿੱਚ। 1806 ਦੇ ਵਿੱਚ ਹਰੀ ਸਿੰਘ ਨਲੂਏ ਦੀ ਉਮਰ ਕੇਵਲ ਅਤੇ ਕੇਵਲ 15.5 ਸਾਲ ਸੀ। 15.5 ਸਾਲ ਦੀ ਉਮਰ ਦੇ ਵਿੱਚ ਸਾਡੇ ਬੱਚਿਆਂ ਦੇ ਹਾਲਾਤ ਅੱਜ ਕੈਸੇ? ਅੱਜ ਸਾਡੇ 15.5 ਸਾਲ ਦੇ ਬੱਚੇ ਨੂੰ ਧਰਮ ਦੀ ਵਿਚਾਰਧਾਰਾ, ਧਰਮ ਦੇ ਅਸੂਲ, ਸ਼ਸਤਰ ਵਿੱਦਿਆ, ਰਾਜਨੀਤੀ ਦਾ ਕੋਈ ਗਿਆਨ ਨਹੀਂ। ਪਰ 15.5 ਸਾਲ ਦੀ ਉਮਰ ਦੇ ਵਿੱਚ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਨੂੰ ਫਤਿਹ ਕੀਤਾ, ਤਾਂ ਇਸ ਨੌਜਵਾਨ ਨੇ ਕਸੂਰ ਦੀ ਫਤਿਹ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਲਿਓ ਕਿ ਇਸ ਨੌਜਵਾਨ ਦੀ ਸ਼ਸਤਰ ਵਿੱਦਿਆ ਦੀ ਮਹਾਰਤ ਕਿਵੇਂ ਦੀ ਹੋਵੇਗੀ ਕਿ 15.5 ਸਾਲ ਦੀ ਉਮਰ ਦੇ ਵਿੱਚ ਸ਼ੇਰੇ ਪੰਜਾਬ ਕਸੂਰ ਫਤਿਹ ਕਰਦਾ ਹੈ, ਅਤੇ ਉਸ ਫਤਿਹ ਦੇ ਵਿੱਚ ਇਹ ਜਰਨੈਲ ਇੰਨੀ ਵਧੀਆ ਭੂਮਿਕਾ ਨਿਭਾਉਂਦਾ ਹੈ 15.5 ਸਾਲ ਦੀ ਉਮਰ ਦੇ ਵਿੱਚ ਕਿ ਇਸ ਨੂੰ ਨਿੱਜੀ ਫੌਜ ਦਾ ਫੌਜਦਾਰ ਬਣਾ ਦਿੱਤਾ ਜਾਂਦਾ ਇੰਨੀ ਛੋਟੀ ਉਮਰ ਦੇ ਵਿੱਚ। ਔਰ ਜਿਹੜੀ ਸ਼ੇਰ ਨੂੰ ਮਾਰਨ ਦੀ ਘਟਨਾ ਹੈ ਉਹ 1806 ਤੋਂ ਲੈ ਕੇ 1808 ਦੇ ਦਰਮਿਆਨ ਇਹਨਾਂ 2 ਸਾਲਾਂ ਦੇ ਵਿੱਚ ਵਾਪਰੀ ਹੈ, ਜਦੋਂ ਇਸ ਜਰਨੈਲ ਨੂੰ ਨਲੂਏ ਦਾ ਖਿਤਾਬ ਦਿੱਤਾ ਗਿਆ। ਇੱਕ ਅੰਗਰੇਜ਼ੀ ਦੀ ਕਿਤਾਬ ਹੈ, ਦ ਲੇਜੈਂਡ ਆਫ ਪੰਜਾਬ, ਅੰਗਰੇਜ਼ ਵਿਦਵਾਨ ਦੀ ਲਿਖੀ ਹੋਈ, ਉਹਦੇ ਵਿੱਚ ਰਾਜੇ ਨਲ ਦੀਆਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਹੈ, ਪਰ ਰਾਜੇ ਨਲ ਨੇ ਸ਼ੇਰ ਮਾਰਿਆ ਸੀ ਇਸ ਦਾ ਜ਼ਿਕਰ ਸਾਨੂੰ ਨਹੀਂ ਮਿਲਦਾ, ਕਿਉਂਕਿ ਜਦੋਂ ਅਸੀਂ ਨਲੂਆ ਸ਼ਬਦ ਦੇ ਪਿਛੋਕੜ ਵਾਲੇ ਪਾਸੇ ਜਾਂਦੇ ਹਾਂ ਤਾਂ ਅਸੀਂ ਇਹੀ ਦੱਸਦੇ ਹਾਂ ਕਿ ਇੱਕ ਰਾਜਾ ਨਲ ਸੀ ਜਿਹੜਾ ਸ਼ੇਰ ਦਾ ਸ਼ਿਕਾਰ ਕਰਿਆ ਕਰਦਾ ਸੀ, ਅਤੇ ਉਸ ਸ਼ੇਰ ਦਾ ਸ਼ਿਕਾਰ ਕਰਨ ਦੇ ਕਰਕੇ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੇ ਨਾਮ ਨਲ ਸ਼ਬਦ ਦੀ ਵਰਤੋਂ ਕੀਤੀ। ਪਰ ਨਲ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ, ਹੁਣ ਤਾਂ ਉਹ ਸਾਡੇ ਸੱਭਿਆਚਾਰਾਂ ਦੇ ਵਿੱਚੋਂ ਪੱਖ ਖਤਮ ਹੋ ਗਏ ਨੇ, ਰਾਜਸਥਾਨ ਦੀ ਇੱਕ ਲੋਕ ਗਾਥਾ ਢੋਲਾ ਗਾਈ ਜਾਂਦੀ ਸੀ ਜਿਹੜੀ ਬੀਰ ਰੱਸੀ ਕਵਿਤਾ ਹੁੰਦੀ ਸੀ, ਉਸ ਢੋਲਿਆਂ ਦੇ ਵਿੱਚ ਰਾਜੇ ਨਲ ਦੇ ਵੱਲੋਂ ਸ਼ੇਰ ਮਾਰਨ ਦਾ ਜ਼ਿਕਰ ਸੀ। ਜਦੋਂ ਸ਼ੇਰੇ ਪੰਜਾਬ ਉਹ ਵਾਰਾਂ ਸੁਣਦਾ ਸੀ
ਤਾਂ ਉਸ ਸਮੇਂ ਸ਼ੇਰੇ ਪੰਜਾਬ ਦੇ ਮਨ ਦੇ ਵਿੱਚ ਜਿਹੜਾ ਨਲ ਹੈ ਉਹਦੀ ਬਹਾਦਰੀ ਦਾ ਇੱਕ ਅਕਸ ਜਿਹੜਾ ਉਹ ਉੱਭਰਿਆ ਹੋਇਆ ਸੀ। ਸ਼ੇਰੇ ਪੰਜਾਬ ਸ਼ਿਕਾਰ ਕਰਨ ਦੇ ਵਾਸਤੇ ਜੰਗਲ ਦੇ ਵਿੱਚ ਗਿਆ ਅਤੇ ਉਹਦੇ ਨਾਲ ਉਸਦਾ ਨਿੱਜੀ ਅੰਗ ਰੱਖਿਅਕ ਬਤੌਰ ਹਰੀ ਸਿੰਘ ਨਲੂਆ ਵੀ ਹੈ। ਸ਼ੇਰ ਨਿਕਲਿਆ, ਅਕਸਰ ਸ਼ੇਰ ਦਾ ਸ਼ਿਕਾਰ ਜਾਂ ਸਪੀਅਰ ਦੇ ਨਾਲ, ਨੇਜੇ ਦੇ ਨਾਲ ਜਾਂ ਫਿਰ ਬੰਦੂਕ ਦੇ ਨਾਲ ਕੀਤਾ ਜਾਂਦਾ ਹੈ। ਕੌਮ ਦੇ ਇਸ ਜਰਨੈਲ ਨੇ 17 ਸਾਲ ਦੀ ਉਮਰ ਦੇ ਵਿੱਚ ਆਪਣੀ ਗਾਤਰੇ ਦੀ ਕਿਰਪਾਨ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਅਤੇ ਉਸ ਵੇਲੇ ਹਰੀ ਸਿੰਘ ਨਲੂਏ ਨੇ ਇਸ ਨੂੰ ਗੱਲ ਦੇ ਨਾਲ ਲਾ ਕੇ ਕਿਹਾ ਸੀ ਕਿ ਤੂੰ ਤਾਂ ਮੇਰਾ ਰਾਜਾ ਨਲ ਹੈ, ਜਿੱਥੋਂ ਹਰੀ ਸਿੰਘ ਦੇ ਨਾਮ ਦੇ ਨਾਲ ਨਲੂਆ ਸ਼ਬਦ ਲੱਗ ਗਿਆ। ਕਿਉਂਕਿ ਰਣਜੀਤ ਸਿੰਘ ਦੇ ਮਨ ਦੇ ਵਿੱਚ ਰਾਜੇ ਨਲ ਦਾ ਬੜਾ ਵਧੀਆ ਅਕਸ ਬਣਿਆ ਹੋਇਆ ਸੀ ਕਿ ਰਾਜੇ ਨਲ ਨੇ ਬਿਨਾਂ ਨੇਜੇ ਤੋਂ ਸ਼ੇਰ ਦਾ ਸ਼ਿਕਾਰ ਕੀਤਾ ਸੀ। ਉਸ ਨਾਮ ਤੋਂ ਹਰੀ ਸਿੰਘ ਨਲੂਏ ਦਾ ਨਾਮ ਹਰੀ ਸਿੰਘ ਨਲੂਆ ਪੈ ਗਿਆ। ਇਹਦੀ ਜਾਗੀਰ ਦੇ ਵਿੱਚ ਵਾਧਾ ਕੀਤਾ ਗਿਆ ਔਰ ਉਸ ਜਾਗੀਰ ਦੀ ਆਮਦਨ ਅਖੀਰ ਤੱਕ 9,99,000 ਰੁਪਇਆ ਸਾਲਾਨਾ ਸੀ। ਅਤੇ ਇਹ ਕੌਮ ਦਾ ਜਰਨੈਲ ਉਸ ਜਾਗੀਰ ਦਾ ਕਰਦਾ ਕੀ ਸੀ? ਅੱਧੀ ਜਾਗੀਰ ਦੀ ਜਿਹੜੀ ਰਕਮ ਹੈ ਉਹ ਗੁਰਧਾਮਾਂ ਦੀ ਸੇਵਾ ਦੇ ਉੱਪਰ ਖਰਚ ਕਰਿਆ ਕਰਦਾ ਸੀ। ਤਰਨ ਤਾਰਨ ਸਾਹਿਬ ਦੀ ਸੇਵਾ ਦੇ ਵਿੱਚ ਖਰਚ ਕੀਤੀ ਗਈ, ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਸੋਨੇ ਦਾ ਗੁੰਬਦ ਸੀ ਉਹ ਬਣਾਇਆ ਗਿਆ, ਭਾਈ ਜੋਗਾ ਸਿੰਘ ਦਾ ਪੇਸ਼ਾਵਰ ਦੇ ਵਿੱਚ ਗੁਰਦੁਆਰਾ ਤਿਆਰ ਕੀਤਾ ਗਿਆ ਅਤੇ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪੱਥਰ ਨੂੰ ਰੋਕ ਕੇ ਬਲੀ ਕੰਧਾਰੀ ਦਾ ਅਹੰਕਾਰ ਤੋੜਿਆ ਸੀ, ਜਿਹੜਾ ਗੁਰਦੁਆਰਾ ਪੰਜਾ ਸਾਹਿਬ ਤੁਸੀਂ ਅੱਜ ਵੇਖਦੇ ਹੋ ਉਹਦੀ ਤਾਮੀਰ ਵੀ ਹਰੀ ਸਿੰਘ ਨਲੂਏ ਨੇ ਕਰਵਾਈ। ਉਹਦੇ ਤੋਂ ਇਲਾਵਾ ਬਾਕੀ ਉਹ ਨਿੱਜੀ ਤੌਰ 'ਤੇ ਆਪਣੇ ਉੱਪਰ ਜ਼ਗੀਰ ਦਾ ਪੈਸਾ ਖਰਚ ਨਹੀਂ ਸੀ ਕਰਦਾ, ਬਾਕੀ ਪੈਸਾ ਉਹ ਫੌਜ ਦੇ ਉੱਪਰ ਖਰਚ ਕਰਿਆ ਕਰਦਾ ਸੀ। ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਰੀ ਸਿੰਘ ਨਲੂਏ ਦੀ ਜਿਹੜੀ ਪਲਟਨ ਹੈ, ਜਿਹੜੀ ਉਹਦੀ ਫੌਜ ਨਿੱਜੀ ਫੌਜ ਸੀ, ਉਸ ਨੂੰ ਬਾਕਾਇਦਾ ਬਾਜ਼ਾਬਤਾ ਇੱਕ ਸਭ ਤੋਂ ਬਹਾਦਰ ਫੌਜ ਗਿਣਿਆ ਜਾਂਦਾ ਸੀ। ਪਰ ਹਰ ਮੁਹਿੰਮ ਦੇ ਵਿੱਚ ਕਿਸੇ ਵੀ ਮੁਹਿੰਮ ਨੂੰ ਜਿੱਤਣ ਦਾ ਜਿਹੜਾ ਕਾਰਜ ਸੀ ਉਹ ਹਰੀ ਸਿੰਘ ਨਲੂਏ ਨੂੰ ਦਿੱਤਾ ਜਾਂਦਾ ਸੀ। ਬਾਕੀ ਜਰਨੈਲ ਵੀ ਨਾਲ ਸਨ, ਜਿਨ੍ਹਾਂ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਦਾ ਪਿਤਾ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ, ਸਰਦਾਰ ਫਤਿਹ ਸਿੰਘ, ਸਰਦਾਰ ਜੈ ਸਿੰਘ, ਸਰਦਾਰ ਨਿਧਾਨ ਸਿੰਘ ਪੰਜ ਹੱਥਾਂ, ਸਾਡੇ ਮਾਝੇ ਦਾ ਇੱਕ ਜਰਨੈਲ ਸਰਦਾਰ ਅਜੈਬ ਸਿੰਘ ਰੰਧਾਵਾ, ਸਰਦਾਰ ਅਮਰ ਸਿੰਘ ਮਜੀਠੀਆ, ਇਹਦੇ ਤੋਂ ਇਲਾਵਾ ਇੱਕ ਬਤਾਲੇ ਪਿੰਡ ਦਾ ਸਰਦਾਰ, ਇਹ ਐਸੇ ਸਰਦਾਰ ਸੀ ਜਿਹੜੇ ਹਰੀ ਸਿੰਘ ਨਲੂਏ ਦੇ ਨਾਲ ਹਰ ਮੁਹਿੰਮ ਦੇ ਵਿੱਚ ਸ਼ਾਮਿਲ ਰਹੇ ਨੇ। ਹਰੀ ਸਿੰਘ ਨਲੂਏ ਨੇ ਜਿਸ ਵੇਲੇ ਮੁਲਤਾਨ ਫਤਿਹ ਕੀਤਾ ਉਸ ਸਮੇਂ ਉਹ ਸਮਾਂ ਹੈ ਜਿਸ ਮੁਹਿੰਮ ਦੇ ਵਿੱਚ ਹਰੀ ਸਿੰਘ ਨਲੂਆ ਇੰਨਾ ਜ਼ਖਮੀ ਹੋ ਗਿਆ ਕਿ ਇਸ ਦੇ ਬਚਣ ਦੀ ਕੋਈ ਆਸ ਨਹੀਂ ਸੀ। ਮੁਲਤਾਨ ਦੇ ਉੱਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 4 ਵਾਰੀ ਹਮਲਾ ਕੀਤਾ। 3 ਵਾਰੀ ਤਾਂ ਉੱਥੋਂ ਦੇ ਰਾਜੇ ਮੁਜ਼ੱਫਰ ਖਾਨ ਨੇ ਰਣਜੀਤ ਸਿੰਘ ਦੀ ਅਧੀਨਗੀ ਸਵੀਕਾਰ ਕਰਕੇ ਨਜ਼ਰਾਨੇ ਦੇ ਦਿੱਤੇ। ਅਖੀਰ ਉਸਨੂੰ ਆਲੇ ਦੁਆਲੇ ਦੇ ਮੁਸਲਮਾਨਾਂ ਨੇ ਚੁੱਕਿਆ ਕਿ ਸਿੱਖਾਂ ਦੇ ਰਾਜੇ ਦੇ ਅੱਗੇ ਅਸੀਂ ਵਾਰ ਵਾਰ ਅਧੀਨਗੀ ਕਿਉਂ ਸਵੀਕਾਰ ਕਰਦੇ ਹਾਂ, ਅਸੀਂ ਗੁਲਾਮੀ ਕਿਉਂ ਸਵੀਕਾਰ ਕਰਦੇ ਹਾਂ, ਅਸੀਂ ਜਹਾਦ ਦੇ ਨਾਮ ਦੇ ਉੱਪਰ ਮੁਕਾਬਲਾ ਕਰਨ ਨੂੰ ਤਿਆਰ ਹੈ, ਤੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮੁਕਾਬਲਾ ਤਾਂ ਕਰ। ਉਸ ਨੇ ਆਪਣੇ ਮੁਲਤਾਨ ਦੇ ਕਿਲ੍ਹੇ ਦੀ ਜਿਹੜੀ ਫਸੀਲ ਹੈ ਉਹ 18 ਫੁੱਟ ਦੇ ਕਰੀਬ ਹੈ, ਉਸ ਫਸੀਲ ਦੇ ਉੱਪਰ ਉਸਨੇ ਤੋਪਾਂ ਬੀੜ ਦਿੱਤੀਆਂ। ਉੱਧਰੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਖੜਕ ਸਿੰਘ, ਹਰੀ ਸਿੰਘ ਨਲੂਆ, ਨਿਹਾਲ ਸਿੰਘ ਅਟਾਰੀ, ਨਿਧਾਨ ਸਿੰਘ ਪੰਜ ਹੱਥਾਂ, ਅਮਰ ਸਿੰਘ ਅਤੇ ਸਰਦਾਰ ਅਜੈਬ ਸਿੰਘ ਨੂੰ ਫੌਜਾਂ ਦੇ ਕੇ ਭੇਜਿਆ। ਕਿਲ੍ਹੇ ਦੀ ਫਸੀਲ ਨਹੀਂ ਸੀ ਟੁੱਟ ਰਹੀ। ਅਖੀਰ ਮੈਂ ਇੱਕ ਸ਼ਬਦ ਤੁਹਾਡੇ ਸਾਹਮਣੇ ਵਰਤਣ ਲੱਗਾ, ਉਹ ਇੱਕ ਯੁੱਧ ਦਾ ਹਥਿਆਰ ਹੈ, ਉਸਨੂੰ ਅਗਨ ਹਾਂਡੀ ਕਿਹਾ ਜਾਂਦਾ। ਅਗਨ ਹਾਂਡੀਆਂ ਦੀ ਵਰਤੋਂ ਅਨੰਦਪੁਰ ਸਾਹਿਬ ਦੇ ਘੇਰੇ ਦੇ ਦੌਰਾਨ ਸਿੱਖ ਫੌਜਾਂ ਨੇ ਵੀ ਲੋਹਗੜ੍ਹ ਦੇ ਔਰ ਅਨੰਦਗੜ੍ਹ ਦੇ ਕਿਲ੍ਹੇ ਤੋਂ ਕੀਤੀ ਹੈ। ਇੱਕ ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਛੋਟੀਆਂ ਛੋਟੀਆਂ ਮਟਕੀਆਂ ਹੁੰਦੀਆਂ ਨੇ ਮਿੱਟੀ ਦੀਆਂ ਬਣੀਆਂ, ਇਸ ਤਰ੍ਹਾਂ ਮਿੱਟੀ ਦਾ ਇੱਕ ਛੋਟਾ ਜਿਹਾ ਕੁੱਜਾ ਹੁੰਦਾ ਸੀ ਜਿਹਦੇ ਵਿੱਚ ਬਰੂਦ, ਲੋਹੇ ਦੀਆਂ ਕੈਂਕਰਾਂ ਅਤੇ ਉੱਪਰ ਵੜੇਵੇਂ ਅਤੇ ਤੇਲ ਪਾ ਕੇ ਅੱਗ ਲਾ ਕੇ ਉੱਪਰੋਂ ਥੱਲੇ ਸੁੱਟ ਦਿੱਤਾ ਜਾਂਦਾ ਸੀ। ਜਦੋਂ ਉਹ ਫਟਦਾ ਸੀ ਤਾਂ ਉਹਦੇ ਨਾਲ ਆਲੇ ਦੁਆਲੇ ਜਿਹੜੀ ਫੌਜ ਸੀ ਉਹ ਜ਼ਖਮੀ ਹੋ ਜਾਂਦੀ ਸੀ। ਜਿਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਏ ਨੂੰ ਪਤਾ ਲੱਗਾ ਕਿ ਮੁਲਤਾਨ ਦੇ ਕਿਲ੍ਹੇ ਦੀ ਫਸੀਲ ਨਹੀਂ ਟੁੱਟ ਰਹੀ, ਤਾਂ ਬਜਾਏ ਕਿ ਆਪਣੇ ਕਿਸੇ ਸਿਪਾਹੀ ਨੂੰ ਜਾਂ ਕਿਸੇ ਆਤਿਸ਼ਬਾਰ ਸਿੱਖ ਨੂੰ ਭੇਜਿਆ ਜਾਵੇ, ਹਰੀ ਸਿੰਘ ਨਲੂਆ ਅਤੇ ਸਰਦਾਰ ਨਿਧਾਨ ਸਿੰਘ ਪੰਜ ਹੱਥਾਂ ਖੁਦ ਗਏ ਨੇ ਔਰ ਕਿਲ੍ਹੇ ਦੀ ਫਸੀਲ ਦੇ ਥੱਲੇ ਬਰੂਦ ਲਾਉਣਾ ਸ਼ੁਰੂ ਕੀਤਾ ਕਿ ਕਿਲ੍ਹੇ ਦੀ ਕੰਧ ਦੇ ਥੱਲੇ ਬਰੂਦ ਲਾ ਕੇ ਉਸ ਨੂੰ ਉਡਾ ਦਿੱਤਾ ਜਾਵੇ। ਮੁਜ਼ੱਫਰ ਖਾਨ ਦੇ ਪੁੱਤਰ ਨੂੰ ਇਸ ਗੱਲ ਦਾ ਪਤਾ ਲੱਗਾ, ਅਫਜ਼ਲ ਖਾਨ ਨੂੰ, ਅਤੇ ਉਹਨੇ ਉੱਪਰੋਂ ਅਗਨ ਹਾਂਡੀਆਂ ਸਟਵਾ ਦਿੱਤੀਆਂ, ਇੱਕ ਤਰ੍ਹਾਂ ਦੇ ਉਹਨਾਂ ਸਮੇਂ ਤੁਸੀਂ ਪੈਟਰੋਲ ਪੰਪ ਕਹਿ ਸਕਦੇ ਹੋ।
ਉਹ ਜਿਹੜੇ ਫਾਇਰ ਪਾਟ ਸੀ, ਜਿਹੜੇ ਅਗਨ ਹਾਂਡੀਆਂ ਸੀ, ਸੁੱਟੀਆਂ ਗਈਆਂ, ਫਟ ਗਈਆਂ। ਥੱਲੇ ਹਰੀ ਸਿੰਘ ਜੀ ਅਤੇ ਸਰਦਾਰ ਨਿਧਾਨ ਸਿੰਘ ਜੀ ਬਰੂਦੀ ਕੁੱਪੇ ਦੱਬ ਰਹੇ ਸੀ। ਉਹਦੇ ਫਟਣ ਦੇ ਨਾਲ ਇਹਨਾਂ ਦੇ ਆਪਣੇ ਕੁੱਪੇ ਜਿਹੜੇ ਸੀ ਅੱਗ ਲੱਗਣ ਨਾਲ ਉਹ ਵੀ ਫਟ ਗਏ ਅਤੇ ਹਰੀ ਸਿੰਘ ਨਲੂਆ ਜ਼ਖਮੀ ਹੋ ਗਿਆ। ਇੰਨਾ ਜ਼ਿਆਦਾ ਜ਼ਖਮੀ ਹੋਇਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇੱਥੋਂ ਤੱਕ ਖਬਰ ਮਿਲ ਗਈ ਕਿ ਹੁਣ ਹਰੀ ਸਿੰਘ ਨਲੂਆ ਜਿਉਂਦਾ ਨਹੀਂ ਬਚ ਸਕਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਫੌਜ ਲੈ ਕੇ ਉੱਥੇ ਗਿਆ, ਆਪ ਹਕੀਮ ਨੂੰ ਲੈ ਕੇ ਉੱਥੇ ਗਿਆ ਅਤੇ ਨਾਲ ਹੀ ਉਸਨੇ ਆਪਣੇ ਹਕੀਮ ਨੂੰ ਕਿਹਾ ਕਿ ਬੇਸ਼ੱਕ ਇਸ ਘੇਰੇ ਨੂੰ ਅੱਧ ਦੇ ਵਿੱਚੋਂ ਛੱਡ ਕੇ ਵਾਪਸ ਆਉਣਾ ਪਵੇ, ਪਰ ਹਰੀ ਸਿੰਘ ਨਲੂਏ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਬੇਸ਼ੱਕ ਮੁਜ਼ੱਫਰ ਖਾਨ ਨੇ ਰਣਜੀਤ ਸਿੰਘ ਦੀ ਫੌਜ ਤੋਂ ਡਰਦਿਆਂ ਫਿਰ ਅਧੀਨਗੀ ਸਵੀਕਾਰ ਕੀਤੀ ਔਰ ਉਸ ਇਲਾਕੇ ਦੇ ਉੱਪਰ ਫਿਰ ਸਿੱਖ ਫੌਜਾਂ ਦਾ ਕਬਜ਼ਾ ਹੋਇਆ। ਪਰ ਹਰੀ ਸਿੰਘ ਨਲੂਏ ਨੂੰ ਦੁਬਾਰਾ ਠੀਕ ਹੁੰਦਿਆਂ ਤਕਰੀਬਨ 6 ਮਹੀਨੇ ਦਾ ਵਕਤ ਲੱਗ ਗਿਆ। ਇੰਨਾ ਜ਼ਿਆਦਾ ਜ਼ਖਮੀ ਹੋ ਚੁੱਕਾ ਸੀ ਹਰੀ ਸਿੰਘ ਨਲੂਆ। ਹਰੀ ਸਿੰਘ ਨਲੂਏ ਨੇ ਉਸ ਤੋਂ ਬਾਅਦ ਫਰੰਟੀਅਰ ਦੇ ਇਲਾਕੇ ਦੇ ਵਿੱਚ ਕਬਜ਼ਾ ਕੀਤਾ ਔਰ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਕਬਜ਼ਾ ਕੀਤਾ। ਪੇਸ਼ਾਵਰ ਦੀ ਜੰਗ ਬੜੀ ਅਹਿਮ ਹੈ। ਪੇਸ਼ਾਵਰ ਦਾ ਇਲਾਕਾ ਜਿੱਤਣਾ ਇਸ ਕਰਕੇ ਅਹਿਮ ਹੈ ਕਿ ਅੱਜ ਤਾਂ ਹਿੰਦੂ ਧਰਮ ਦੇ ਪ੍ਰਧਾਨ ਦੇ ਅਧੀਨ ਸਾਡਾ ਸਾਰਾ ਇਤਿਹਾਸ ਖਤਮ ਕੀਤਾ ਜਾ ਰਿਹਾ, ਸਾਡਾ ਇਤਿਹਾਸ ਵਿਗਾੜਿਆ ਜਾ ਰਿਹਾ, ਸਾਡੇ ਇਤਿਹਾਸ ਨੂੰ ਹੌਲੀ ਹੌਲੀ ਸਾਡੇ ਬੱਚਿਆਂ ਦੀ ਮਾਨਸਿਕਤਾ ਦੇ ਵਿੱਚੋਂ ਖਤਮ ਕੀਤਾ ਜਾ ਰਿਹਾ। ਅੱਜ ਕਿਹੜੀ ਸਾਡੀ ਅਕੈਡਮਿਕ ਲੈਵਲ 'ਤੇ ਕਿਹੜੀ ਐਸੀ ਕਿਤਾਬ ਹੈ ਬੱਚਿਆਂ ਨੂੰ ਜਿਹੜੀ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਹੋਵੇ ਜਿਹਦੇ 'ਚ ਸਾਡਾ ਇੰਨਾ ਗੌਰਵਮਈ ਅਤੇ ਅਣਖੀਲਾ ਇਤਿਹਾਸ ਹੋਵੇ? ਕੋਈ ਇੱਕ ਵੀ ਕਿਤਾਬ ਨਹੀਂ। ਔਰ ਪੇਸ਼ਾਵਰ ਦਾ ਉਹ ਇਲਾਕਾ ਹੈ ਜਿਹੜਾ 850 ਸਾਲ ਮੁਗਲਾਂ ਦੇ ਅਧੀਨ ਰਿਹਾ ਅਤੇ ਰਾਜੇ ਜੈਪਾਲ ਤੋਂ ਬਾਅਦ ਜੇਕਰ ਪੇਸ਼ਾਵਰ ਨੂੰ ਫਤਿਹ ਕਿਸੇ ਕੌਮ ਨੇ ਕੀਤਾ ਤਾਂ ਕੇਵਲ ਸਿੱਖਾਂ ਨੇ। ਇਸ ਤੋਂ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਤੋਂ ਪਹਿਲਾਂ ਪੇਸ਼ਾਵਰ ਦੇ ਇਲਾਕੇ ਨੂੰ ਕੋਈ ਜਰਨੈਲ ਹਿੰਦੁਸਤਾਨ ਦੇ ਵਿੱਚ ਐਸਾ ਨਹੀਂ ਜੰਮਿਆ ਜਿਹੜਾ ਹਿੰਦੁਸਤਾਨ ਦੇ ਵਿੱਚ ਪੰਜਾਬ ਦਾ ਹਿੱਸਾ ਬਣਾ ਸਕਿਆ ਹੋਵੇ। 850 ਸਾਲ ਬਾਅਦ ਉਸ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਗਿਆ। ਪੇਸ਼ਾਵਰ ਦੀ ਜਿਸ ਵੇਲੇ ਫਤਿਹ ਹੋਈ ਅਤੇ ਉੱਥੋਂ ਦਾ ਜਿਹੜਾ ਮੁਹੰਮਦ ਸੁਲਤਾਨ ਨਾਂ ਦਾ ਜਰਨੈਲ ਸੀ ਉਹ ਹਾਰ ਗਿਆ। ਜਦੋਂ ਇਸ ਗੱਲ ਦਾ ਪਤਾ ਕਾਬਲ ਦੇ ਵਿੱਚ ਬੈਠੇ ਦੋਸਤ ਮੁਹੰਮਦ ਖਾਨ ਨੂੰ ਪਤਾ ਲੱਗਾ ਅਤੇ ਦੋਸਤ ਮੁਹੰਮਦ ਖਾਨ ਨੇ ਇੱਕ ਚਿੱਠੀ ਲਿਖੀ ਹੈ ਹਰੀ ਸਿੰਘ ਨਲੂਏ ਨੂੰ, ਅਤੇ ਉਸ ਸਮੇਂ ਹਰੀ ਸਿੰਘ ਨਲੂਏ ਦੇ ਨਾਲ ਮੈਦਾਨੇ ਜੰਗ 'ਚ ਜਾਣ ਵਾਲਾ ਪਤਾ ਕੌਣ ਸੀ? ਆ ਕੁਝ ਦਿਨ ਹੀ ਹੋਏ ਨੇ, ਆ ਜਦੋਂ ਕਾਰ ਸੇਵਾ ਵਾਲੇ ਬਾਬਿਆਂ ਨੇ ਤਰਨ ਤਾਰਨ ਸਾਹਿਬ ਦੀ ਡੇੜੀ ਨੂੰ ਢਾਇਆ ਹੈ ਅਤੇ ਸਾਡੀ ਮਾਨਸਿਕਤਾ ਦੇ ਵਿੱਚ ਇੱਕਦਮ ਕੰਵਰ ਨੌ ਨਿਹਾਲ ਸਿੰਘ ਦਾ ਨਾਮ ਆਇਆ ਸੀ। ਕੰਵਰ ਨੌ ਨਿਹਾਲ ਸਿੰਘ ਦੀ ਉਸ ਸਮੇਂ 1834 'ਚ ਉਮਰ 14 ਸਾਲ ਸੀ ਜਦੋਂ ਉਹ ਹਰੀ ਸਿੰਘ ਨਲੂਏ ਦੇ ਨਾਲ ਪੇਸ਼ਾਵਰ ਨੂੰ ਫਤਿਹ ਕਰਨ ਵਾਸਤੇ ਗਿਆ। ਹੁਣ ਤੁਸੀਂ ਵੇਖ ਲਓ ਕਿ ਸਾਡੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਜਰਨੈਲ ਸੀ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਮੁਹਿੰਮਾਂ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਹੈ ਉਹਨਾਂ ਦੀ ਉਮਰ ਕੀ ਸੀ? 14 ਸਾਲ ਦੀ ਉਮਰ ਦੇ ਵਿੱਚ ਕੰਵਰ ਨੌ ਨਿਹਾਲ ਸਿੰਘ ਨੇ ਉਸ ਇਲਾਕੇ ਨੂੰ ਫਤਿਹ ਕੀਤਾ ਹਰੀ ਸਿੰਘ ਨਲੂਏ ਦੇ ਨਾਲ। ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਬਕਾਇਦਾ ਤਾਕੀਦ ਕੀਤੀ ਸੀ ਕਿ ਤੁਸੀਂ ਮੇਰੇ ਪੁੱਤਰੇ ਕੰਵਰ ਨੌ ਨਿਹਾਲ ਸਿੰਘ ਨੂੰ ਮੈਦਾਨੇ ਜੰਗ ਦੀ ਯੁੱਧ ਨੀਤੀ ਦੀ ਅਤੇ ਰਾਜਨੀਤੀ ਦੀ ਸਿਖਲਾਈ ਦਿਓ। ਕੰਵਰ ਨੌ ਨਿਹਾਲ ਸਿੰਘ ਨੇ ਉਸ ਇਲਾਕੇ 'ਚ ਜਿੰਨੀਆਂ ਵੀ ਜਿੱਤਾਂ ਪ੍ਰਾਪਤ ਕੀਤੀਆਂ ਨੇ, ਜਿੰਨੇ ਵੀ ਇਲਾਕੇ ਹੋਰ ਫਤਿਹ ਕੀਤੇ ਨੇ, ਹਜ਼ਰੋਂ ਤੋਂ ਲੈ ਕੇ ਪੇਸ਼ਾਵਰ ਤੱਕ ਦੇ ਇਲਾਕੇ ਸਾਰੇ ਹਰੀ ਸਿੰਘ ਨਲੂਏ ਦੇ ਨਾਲ ਫਤਿਹ ਕੀਤੇ ਨੇ, ਹਰੀ ਸਿੰਘ ਨਲੂਏ ਦੇ ਨਾਲ ਰਿਹਾ। ਹਰੀ ਸਿੰਘ ਨਲੂਏ ਨੇ ਪੇਸ਼ਾਵਰ 'ਤੇ ਕਬਜ਼ਾ ਕੀਤਾ। ਦੋਸਤ ਮੁਹੰਮਦ ਖਾਨ ਨੇ ਚਿੱਠੀ ਲਿਖੀ ਹੈ, ਉਸ ਚਿੱਠੀ ਲਿਖਣ ਦਾ ਕਾਰਨ ਕੀ ਸੀ? ਪੇਸ਼ਾਵਰ ਤੋਂ ਅੱਗੇ ਅਟਕ, ਅਟਕ ਤੋਂ ਅੱਗੇ ਜਮਰੌਦ, ਜਮਰੌਦ ਤੋਂ ਅੱਗੇ ਜਲਾਲਾਬਾਦ ਅਤੇ ਜਲਾਲਾਬਾਦ ਤੋਂ ਅੱਗੇ ਕਾਬਲ। ਉਸ ਵੇਲੇ ਦੋਸਤ ਮੁਹੰਮਦ ਖਾਨ ਸਮਝ ਗਿਆ ਕਿ ਜੇਕਰ ਸਿੱਖ ਫੌਜਾਂ ਨੇ ਅੱਜ ਪੇਸ਼ਾਵਰ 'ਤੇ ਕਬਜ਼ਾ ਕਰ ਲਿਆ, ਇਸ ਤੋਂ ਬਾਅਦ ਜਮਰੌਦ 'ਤੇ ਕਬਜ਼ਾ ਕਰਨਗੇ, ਜਮਰੌਦ ਤੋਂ ਬਾਅਦ ਜਲਾਲਾਬਾਦ 'ਤੇ ਕਬਜ਼ਾ ਕਰਨਗੇ ਅਤੇ ਕਾਬਲ ਤੋਂ ਹਮਲਾ ਕਰਨ ਤੋਂ ਫਿਰ ਸਿੱਖਾਂ ਨੂੰ ਕੋਈ ਨਹੀਂ ਬਚਾ ਸਕਦਾ। ਉਸਨੇ ਚਿੱਠੀ ਲਿਖੀ ਹੈ, ਉਸ ਚਿੱਠੀ ਦੇ ਵਿੱਚ ਉਸਨੇ ਲਿਖਿਆ, ਉਸਨੇ ਕਿਹਾ ਕਿ ਪੇਸ਼ਾਵਰ ਮੁਸਲਮਾਨਾਂ ਦਾ ਹੈ, ਪੇਸ਼ਾਵਰ ਪਠਾਣਾਂ ਦਾ ਹੈ, ਤੁਸੀਂ ਆਪਣੀ ਫੌਜ ਨੂੰ ਇੱਥੋਂ ਲੈ ਕੇ ਵਾਪਸ ਚਲੇ ਜਾਓ। ਜੇ ਤੁਸੀਂ ਪੇਸ਼ਾਵਰ ਦਾ ਇਲਾਕਾ ਨਾ ਛੱਡਿਆ ਤਾਂ ਪਠਾਣਾਂ ਦਾ ਬੱਚਾ ਬੱਚਾ ਮਰਤਾ ਜਾਵੇਗਾ, ਪਰ ਪੇਸ਼ਾਵਰ ਦੇ ਉੱਪਰ ਤੁਹਾਡਾ ਕਬਜ਼ਾ ਨਹੀਂ ਰਹਿਣ ਦੇਵੇਗਾ। ਸਰਦਾਰ ਹਰੀ ਸਿੰਘ ਨਲੂਏ ਨੇ ਫਾਰਸੀ ਦੇ ਵਿੱਚ ਕੰਵਰ ਨੌ ਨਿਹਾਲ ਸਿੰਘ ਦੀ ਸਹਿਮਤੀ ਦੇ ਨਾਲ ਉਹਨੇ ਇੱਕ ਖੱਤ ਲਿਖਿਆ। ਉਸ ਖੱਤ ਦੇ ਵਿੱਚ ਉਸਨੇ ਲਿਖਿਆ ਹੈ, ਕੰਵਰ ਨੌ ਨਿਹਾਲ ਸਿੰਘ ਨੇ ਅਤੇ ਹਰੀ ਸਿੰਘ ਨਲੂਏ ਨੇ ਕਾਬਲ ਦੇ ਪਠਾਣ ਦੋਸਤ ਮੁਹੰਮਦ ਖਾਨ ਨੂੰ, ਕਹਿੰਦਾ, ਦੋਸਤ ਮੁਹੰਮਦ ਖਾਨ, ਇਹ ਇਲਾਕਾ 800 ਸਾਲ ਪਹਿਲਾਂ ਪੰਜਾਬ ਦਾ ਹਿੱਸਾ ਸੀ, ਤੁਸੀਂ ਕਬਜ਼ਾ ਕੀਤਾ ਸੀ,
ਅੱਜ 825 ਸਾਲ ਬਾਅਦ ਦੁਬਾਰਾ ਫਿਰ ਅਸੀਂ ਪਿਸ਼ਾਵਰ ਦੇ ਇਲਾਕੇ ਨੂੰ ਪੰਜਾਬ ਦੇ ਵਿੱਚ ਮਿਲਾ ਲਿਆ ਹੈ। ਹੱਕ ਬਾ ਹੱਕਦਾਰ ਰਸੀਦ ਉਸਦੇ ਆਖਰੀ ਸ਼ਬਦ ਨੇ, ਜਿਹਦਾ ਹੱਕ ਸੀ ਉਹਨੇ ਜ਼ੁਰਤ ਦੇ ਨਾਲ ਲੈ ਲਿਆ। ਹੁਣ ਜੇ ਤੂੰ ਜ਼ੁਰਤ ਦੇ ਨਾਲ ਸਾਡੇ ਕੋਲ ਪਿਸ਼ਾਵਰ ਲੈਣਾ ਚਾਹੁੰਦਾ ਤਾਂ ਮੈਦਾਨੇ ਜੰਗ ਦੇ ਵਿੱਚ ਆ ਜਾ, ਅਗਲੀ ਗੱਲ ਅਸੀਂ ਤੇਗ ਦੀ ਨੋਕ ਦੇ ਨਾਲ ਖੂਨ ਦੇ ਨਾਲ ਲਿਖਾਂਗੇ, ਇਸ ਤਰ੍ਹਾਂ ਤੈਨੂੰ ਅਸੀਂ ਨਹੀਂ ਦੇਵਾਂਗੇ। ਪਿਸ਼ਾਵਰ ਦੇ ਉੱਪਰ ਕਬਜ਼ਾ ਹੋਇਆ। ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਇੱਕ ਅਹਿਮ ਘਟਨਾ ਹੈ, ਕਸ਼ਮੀਰ ਦਾ ਗਵਰਨਰ ਬਣਨਾ। ਕਸ਼ਮੀਰ ਦਾ ਗਵਰਨਰ ਬਣਨ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਵੀ ਦਿੱਤਾ। ਪਰ ਇਹਦੇ ਪਿੱਛੇ ਸਾਡੀ ਜਿਹੜੀ ਇਤਿਹਾਸ ਦੀ ਪਰੰਪਰਾ ਉਹ ਬਹੁਤ ਵੱਡੀ ਹੈ। ਅਹਿਮਦ ਸ਼ਾਹ ਅਬਦਾਲੀ, ਤੁਸੀਂ ਸਾਰੇ ਜਾਣਦੇ ਹੋ ਹਿੰਦੁਸਤਾਨ ਦੇ ਉੱਪਰ ਕਿੰਨੇ ਹਮਲੇ ਕੀਤੇ। ਵੀਰ ਜੀ ਨੇ ਹੁਣੇ ਜ਼ਿਕਰ ਕੀਤਾ ਸੀ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਦੇ ਸੂਬੇਦਾਰ ਨੂੰ ਪੁੱਛਿਆ ਸੀ ਨਾ ਕਿ ਮੈਂ ਮਰੱਟਿਆਂ ਦਾ ਇੱਕ ਵਾਰੀ ਲੱਕ ਤੋੜਿਆ ਪਾਣੀਪਤ ਦੇ ਮੈਦਾਨ ਦੇ ਵਿੱਚ, ਉਸ ਤੋਂ ਬਾਅਦ ਮਰੱਟੇ ਮੇਰੇ ਅੱਗੇ ਸਿਰ ਨਹੀਂ ਚੁੱਕ ਸਕੇ। ਉਸ ਤੋਂ ਬਾਅਦ ਮਰੱਟਿਆਂ ਨੇ ਅਬਦਾਲੀ ਦਾ ਸਾਹਮਣਾ ਨਹੀਂ ਕੀਤਾ। ਉਸਨੇ ਲਾਹੌਰ ਦੇ ਫੌਜਦਾਰ ਨੂੰ ਪੁੱਛਿਆ ਸੀ ਇਹ ਸਿੱਖ ਕੌਣ ਨੇ, ਮੈਂ ਦਿੱਲੀ ਤੋਂ ਦਿੱਲੀ ਦੀਆਂ ਔਰਤਾਂ, ਦਿੱਲੀ ਦੀਆਂ ਬੇਟੀਆਂ, ਦਿੱਲੀ ਦੀਆਂ ਲੜਕੀਆਂ, ਦਿੱਲੀ ਦੀ ਦੌਲਤ, ਦਿੱਲੀ ਦੇ ਘੋੜੇ, ਹਾਥੀ, ਊਠ ਲੁੱਟ ਕੇ ਲੈ ਕੇ ਆਉਣਾ। ਰਸਤੇ ਦੇ ਵਿੱਚ ਕਿਤੇ ਚੜ੍ਹਤ ਸਿੰਘ ਖੋਹ ਲੈਂਦਾ ਹੈ, ਕਿਤੇ ਬਘੇਲ ਸਿੰਘ ਖੋਹ ਲੈਂਦਾ ਹੈ, ਕਿਤੇ ਕਰਮ ਸਿੰਘ ਖੋਹ ਲੈਂਦਾ ਹੈ, ਕਿਤੇ ਹਰੀ ਸਿੰਘ ਖੋਹ ਲੈਂਦਾ ਹੈ, ਇਹ ਹੈ ਕੌਣ? ਉਸਨੇ ਕਿਹਾ ਸੀ ਸਿੱਖ ਨੇ। ਕਹਿੰਦਾ ਇਹਨਾਂ ਦਾ ਆਗੂ ਕੌਣ ਹੈ? ਕਹਿੰਦਾ ਸ਼ਹਿਨ ਸ਼ਾਹ ਖੁਦ ਹੀ ਕੋ ਭਖ ਤਕਾਨ ਨਾ ਕਾਹੂ ਕੀਏ ਰਾਖਤ। ਜਿਹੜਾ ਵੀ ਸਿੱਖ ਮੈਦਾਨੇ ਜੰਗ ਦੇ ਵਿੱਚ ਆਪਣੇ ਦਲ ਦੀ ਅਗਵਾਈ ਕਰਦਾ, ਜੰਗ ਦੇ ਵਿੱਚ ਜਾਂਦਾ, ਉਹ ਆਗੂ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਅੱਜ ਤਾਂ ਸਾਡੀ ਕੌਮ ਦਾ ਆਗੂ ਆਗੂ ਬਣ ਕੇ ਵੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ। ਜਿੰਨਾ ਕੌਮ ਦੀ ਵਿਚਾਰਧਾਰਕ ਪੱਖ ਤੋਂ ਨੁਕਸਾਨ ਹੋਇਆ, ਦੁਰਗਤੀ ਹੋਈ ਹੈ, ਉਹ ਉਸ ਸਮੇਂ ਦੇ ਵਿੱਚ ਹੋਈ ਹੈ ਜਿਹਨੂੰ ਅਸੀਂ ਸਿੱਖ ਆਗੂਆਂ ਦੀ ਸਰਕਾਰ ਕਹਿੰਦੇ ਰਹੇ। ਪਰ ਉਹਨਾਂ ਸਮਿਆਂ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਲਾਹੌਰ ਦਾ ਸੂਬੇਦਾਰ ਕਹਿੰਦਾ, ਕਹਿੰਦਾ ਸ਼ਹਿਨ ਸ਼ਾਹ ਖੁਦ ਹੀ ਕੋ ਭਖਤ ਕਾਨ ਨਾ ਕਾਹੂ ਕੀ ਇਹ ਰਾਖਤ। ਕਹਿੰਦਾ ਫਿਰ ਇਹਨਾਂ ਦਾ ਗੁਰੂ ਕੌਣ ਹੈ? ਕਹਿੰਦਾ ਮੁਰਸ਼ਦ ਇਨਕਾ ਵਲੀ ਪਿਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅੰਮ੍ਰਿਤ ਦੇ ਰੂਪ ਦੇ ਵਿੱਚ ਪਤਾ ਨਹੀਂ ਕਿਹੜੀ ਸ਼ਕਤੀ ਦੇ ਦਿੱਤੀ ਹੈ। ਅਸੀਂ ਮਾਰਦੇ ਮਾਰਦੇ ਖੱਪ ਗਏ ਹਾਂ, ਪਰ ਇਹ ਸਾਡੇ ਕੋਲੋਂ ਖਤਮ ਨਹੀਂ ਹੋਏ। ਕਹਿੰਦਾ ਖਾਂਦੇ ਕੀ ਨੇ? ਰੋਟੀ ਪਾਣੀ ਜੇ ਜੰਗਲਾਂ 'ਚ ਰਹਿੰਦੇ ਨੇ ਖਾਂਦੇ ਕੀ ਨੇ? ਕਹਿੰਦਾ ਇਹ ਤਾਂ ਪਤਾ ਨਹੀਂ, ਇਹ ਘਾਹ ਬੂਟ ਖਾ ਕੇ, ਜੰਗਲਾਂ ਦੇ ਪੱਤੇ ਖਾ ਕੇ, ਰੁੱਖ ਖਾ ਕੇ, ਘਾਹ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ, ਪਰ ਖਾਂਦੇ ਕਿਵੇਂ ਨੇ ਮੈਂ ਤੈਨੂੰ ਇਹ ਦੱਸ ਸਕਦਾ? ਕਹਿੰਦਾ ਕਿਵੇਂ ਖਾਂਦੇ ਨੇ? ਕਹਿੰਦਾ ਲੰਗਰ ਤਿਆਰ ਕਰਦੇ ਨੇ, ਨਗਾਰਾ ਵਜਾਉਂਦੇ ਨੇ, ਅਤੇ ਫਿਰ ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਨੇ ਭੁੱਖਾ ਦੇਤ ਆਵਾਜ਼ਾਂ ਕੋਈ, ਆਓ ਦੇਗ ਤਿਆਰ ਗੁਰ ਹੋਈ, ਕਿ ਸਾਡੇ ਗੁਰੂ ਦਾ ਲੰਗਰ ਤਿਆਰ ਹੈ, ਜੇ ਕੋਈ ਦੁਸ਼ਮਣ ਵੀ ਸਾਡੀ ਆਵਾਜ਼ ਸੁਣ ਰਿਹਾ ਤਾਂ ਆ ਕੇ ਛੱਕ ਜਾ ਸਕਦਾ। ਅਹਿਮਦ ਸ਼ਾਹ ਅਬਦਾਲੀ ਹੱਸਿਆ, ਇੰਨੇ ਕਮਲੇ ਨੇ, ਇੰਨੇ ਮੂਰਖ ਨੇ, ਲੰਗਰ ਆਪ ਤਿਆਰ ਕਰਦੇ ਨੇ ਅਤੇ ਬੁਲਾਉਂਦੇ ਦੁਸ਼ਮਣ ਨੂੰ ਨੇ ਕਿ ਆ ਕੇ ਛੱਕ ਜਾਓ, ਕਹਿੰਦਾ ਜੇ ਦੁਸ਼ਮਣ ਆ ਜਾਵੇ? ਕਹਿੰਦਾ ਆ ਜਾਵੇ। ਕਹਿੰਦਾ ਜੇ ਲੰਗਰ 'ਚ ਬੈਠ ਜਾਵੇ? ਕਹਿੰਦਾ ਕੁਝ ਨਹੀਂ ਕਹਿੰਦੇ, ਬੈਠ ਜਾਵੇ। ਕਹਿੰਦਾ ਜੇ ਲੰਗਰ ਛੱਕ ਜਾਵੇ? ਕਹਿੰਦਾ ਛੱਕ ਜਾਵੇ। ਕਹਿੰਦਾ ਜੇ ਸਾਰਾ ਹੀ ਛੱਕ ਜਾਵੇ, ਇਹਨਾਂ ਦੇ ਛੱਕਣ ਦੇ ਵਾਸਤੇ ਕੁਝ ਬਚੇ ਹੀ ਨਾ? ਅਤੇ ਕਹਿੰਦਾ ਫਿਰ ਵੀ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਕੇ ਕਹਿੰਦੇ ਨੇ ਬੱਚੇ ਤੋਂ ਦਾਨਾ ਆਪ ਖਲੇ ਹੈ, ਨਹੀਂ ਤਾਂ ਲੰਗਰ ਮਸਤ ਬਤੇ ਹੈ। ਫਿਰ ਕਹਿੰਦੇ ਲੰਗਰ ਮਸਤਾਨਾ ਹੋ ਗਿਆ। ਫਿਰ ਉਹਨੇ ਇੱਕ ਗੱਲ ਕਹੀ ਸੀ, ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ। ਜੇ ਇਸ ਕੌਮ ਦੇ ਵਿੱਚ ਇੰਨੇ ਵੱਡੇ ਗੁਣ ਨੇ ਨਾ, ਫਿਰ ਇਸ ਕੌਮ ਦੇ ਵਿੱਚੋਂ ਮੈਨੂੰ ਬਾਦਸ਼ਾਹਤ ਦੀ ਬੋ ਆਉਂਦੀ ਹੈ, ਕਦੀ ਰਾਜੇ ਜ਼ਰੂਰ ਬਣਨਗੇ। ਜੇ ਇਸ ਕੌਮ ਦੇ ਵਿੱਚ ਇੰਨੇ ਗੁਣ ਨੇ, ਅੱਜ ਉਹ ਗੁਣ ਹੀ ਤਾਂ ਖਤਮ ਹੋਏ ਨੇ, ਕੌਮ ਥੋੜ੍ਹਾ ਖਤਮ ਹੋਈ ਹੈ। ਦਸਤਾਰਾਂ ਵਾਲੇ ਅਸੀਂ ਹਾਂ, ਅੰਮ੍ਰਿਤਧਾਰੀ ਅਸੀਂ ਹਾਂ, ਰਾਜਨੀਤਿਕ ਪਾਰਟੀ ਸਾਡੀ ਹੈ, ਪਰ ਉਹ ਗੁਣ ਖਤਮ ਹੋ ਗਏ ਸਾਡੇ ਵਿੱਚੋਂ, ਜਿਨ੍ਹਾਂ ਗੁਣਾਂ ਦਾ ਅਬਦਾਲੀ ਨੂੰ ਵੀ ਪਤਾ ਸੀ, ਅਤੇ ਅਬਦਾਲੀ ਨੇ ਉਹਨਾਂ ਗੁਣਾਂ ਨੂੰ ਸੁਣ ਕੇ ਕਹਿ ਦਿੱਤਾ ਸੀ ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ, ਕਿ ਇਸ ਕੌਮ ਦੇ ਵਿੱਚੋਂ ਮੈਨੂੰ ਹੁਣ ਬਾਦਸ਼ਾਹਤ ਦੀ ਬੋ ਆਉਂਦੀ ਹੈ, ਇਹ ਕਦੀ ਨਾ ਕਦੀ ਰਾਜੇ ਜ਼ਰੂਰ ਬਣਨਗੇ। ਅਹਿਮਦ ਸ਼ਾਹ ਅਬਦਾਲੀ ਦੀ ਕਾਬਲ ਮੌਤ ਹੋਈ, ਉਹਦੇ ਪੁੱਤਰਾਂ ਦੇ ਵਿੱਚ ਤਖ਼ਤ ਤੋਂ ਲੈ ਕੇ ਲੜਾਈ ਛਿੜ ਪਈ। ਉਹ ਲੜਾਈ ਐਸੀ ਛਿੜੀ ਕਿ ਉਹਦੇ ਪੁੱਤਰਾਂ ਨੇ ਆਪਸ ਦੇ ਵਿੱਚ ਖਾਨਾ ਜੰਗੀ ਸ਼ੁਰੂ ਕਰ ਲਈ। ਅਖੀਰ ਫਤਿਹ ਖਾਨ ਕਾਬਲ ਦਾ ਹਾਕਮ ਬਣ ਗਿਆ, ਅਤੇ ਜਿਹੜਾ ਆਪਣੇ ਆਪ ਨੂੰ ਅਹਿਮਦ ਸ਼ਾਹ ਅਬਦਾਲੀ ਦਾ ਅਧਿਕਾਰੀ ਸਮਝਦਾ ਸੀ ਸ਼ਾਹ ਸੁਜਾ, ਉਸ ਨੂੰ ਕੈਦ ਕਰ ਲਿਆ ਗਿਆ। ਜਿਹੜਾ ਕੋਹੇਨੂਰ ਹੀਰਾ ਹੈ ਇਹ ਸ਼ਾਹ ਸੁਜਾ ਦੇ ਕੋਲ ਸੀ, ਅਬਦਾਲੀ ਨੇ ਸ਼ਾਹ ਸੁਜਾ ਨੂੰ ਦੇ ਦਿੱਤਾ ਸੀ। ਜੇ ਇਸ ਨੂੰ ਪਿੱਛੇ ਇਤਿਹਾਸ ਦੇ ਵਿੱਚ ਵੇਖਣਾ ਤਾਂ ਇਹ ਹੀਰਾ ਗੋਲਕੰਡੇ ਦੀਆਂ ਪਠਾਣਾਂ ਜਿਹੜੀਆਂ ਖਾਣਾਂ ਨੇ ਉਹਦੇ ਵਿੱਚੋਂ ਨਿਕਲਿਆ ਸੀ। ਇਸ ਨੂੰ ਸਭ ਤੋਂ ਪਹਿਲਾਂ ਸ਼ਾਹਜਹਾਨ ਨੂੰ ਦਿੱਤਾ ਗਿਆ ਸੀ। ਸ਼ਾਹਜਹਾਨ ਤੋਂ ਚੱਲਦਾ ਚੱਲਦਾ ਇਹ ਜਿਹੜਾ ਹੀਰਾ ਸੀਗਾ ਇਹ ਆ ਗਿਆ ਸੀ ਔਰੰਗਜ਼ੇਬ ਦੇ ਕੋਲ।
ਆ ਤੁਸੀਂ ਹੁਣ ਦਾ ਇਤਿਹਾਸ ਪੜ੍ਹ ਕੇ ਵੇਖੋ। ਮੈਂ ਪਿੱਛੇ ਜੇ ਅੰਗਰੇਜ਼ੀ ਦੀ ਇੱਕ ਕਿਤਾਬ ਕੀਤੀ ਦਾ ਹਿਸਟਰੀ ਆਫ ਕੋਹੇਨੂਰ, ਅਤੇ ਪਤਾ ਉਹਦੇ 'ਚ ਕੀ ਲਿਖਿਆ ਸੀ ਜੀ? ਇਹ ਕੋਹੇਨੂਰ ਹੀਰਾ ਤਾਂ ਸਾਡੇ ਕੌਰਵਾਂ ਪਾਂਡਵਾਂ ਦਾ ਸੀ। ਕਿਤਾਬ ਛਪੀ ਹੈ, ਪੜ੍ਹਾਈ ਜਾ ਰਹੀ, ਵਿਕ ਰਹੀ ਹੈ, ਅੰਗਰੇਜ਼ੀ ਦੀ ਕਿਤਾਬ ਦਾ ਹਿਸਟਰੀ ਆਫ ਕੋਹੇਨੂਰ ਲਿਖਿਆ ਹੈ, ਅਤੇ ਕੌਰਵਾਂ ਪਾਂਡਵਾਂ ਦਾ ਹੀਰਾ ਸੀ। ਵੀ ਹੋਰ ਕਿਤੇ ਤੁਹਾਡੀ ਮਹਾਂਭਾਰਤ ਜ਼ਿਕਰ ਨਹੀਂ ਆਉਂਦਾ ਕਿ ਕਿਹਨਾਂ ਦਾ ਸੀ ਇਤਿਹਾਸ, ਉਹਦਾ ਸਾਡੇ ਸਾਰੇ ਸਾਹਮਣੇ ਹੈ। ਤੁਸੀਂ ਹੀਰੇ ਨੂੰ ਕੌਰਵਾਂ ਪਾਂਡਵਾਂ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਜੇ ਕੌਰਵਾਂ ਪਾਂਡਵਾਂ ਦਾ ਹੁੰਦਾ ਤਾਂ ਲੜਾਈ ਦਰੋਪਦੀ ਤੋਂ ਨਾ ਹੁੰਦੀ, ਹੀਰੇ ਤੋਂ ਹੁੰਦੀ, ਕਿਉਂਕਿ ਉਸ ਸਮੇਂ ਦੀ ਸਭ ਤੋਂ ਵੱਡੀ ਕੀਮਤੀ ਚੀਜ਼ ਇਹ ਸੀ। ਸੋ ਖੈਰ, ਉਸ ਸਮੇਂ ਇਹ ਹੀਰਾ ਸ਼ਾਹਜਹਾਨ ਤੋਂ ਔਰੰਗਜ਼ੇਬ ਤੱਕ ਆਇਆ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਦੇ ਕੋਲ ਆਇਆ, ਅਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਤੋਂ ਪਹਿਲਾਂ ਨਾਦਰ ਸ਼ਾਹ ਨੇ ਦਿੱਲੀ 'ਤੇ ਕਬਜ਼ਾ ਕੀਤਾ ਅਤੇ ਉਹ ਹੀਰਾ ਨਾਦਰ ਸ਼ਾਹ ਨੇ ਖੋਹਿਆ, ਨਾਦਰ ਸ਼ਾਹ ਦੇ ਕੋਲ ਉਹ ਹੀਰਾ ਅਹਿਮਦ ਸ਼ਾਹ ਅਬਦਾਲੀ ਨੇ ਖੋਇਆ, ਅਤੇ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਉਹ ਹੀਰਾ ਸ਼ਾਹ ਸਜਾ ਦੇ ਕੋਲ ਆ ਗਿਆ। ਸ਼ਾਹ ਸਜਾ ਨੂੰ ਕੈਦ ਕਰ ਲਿਆ ਗਿਆ, ਪਰ ਉਸਨੇ ਉਹ ਹੀਰਾ ਜਿਹੜਾ ਸੀ ਉਹ ਲੁਕਾ ਲਿਆ ਕਿਤੇ। ਉਸ ਤੋਂ ਬਾਅਦ ਸ਼ਾਹ ਸਜਾ ਜਲਾਵਤਨ ਹੋ ਕੇ ਸ਼੍ਰੀਨਗਰ ਪਹੁੰਚ ਗਿਆ, ਅਤੇ ਸ਼੍ਰੀਨਗਰ ਦੇ ਰਾਜੇ ਜਬਾਰ ਖਾਨ ਨੂੰ ਜਦੋਂ ਪਤਾ ਲੱਗਾ ਨਾ ਕਿ ਦੁਨੀਆ ਦਾ ਕੀਮਤੀ ਹੀਰਾ ਇਹਦੇ ਕੋਲ ਹੈ, ਉਹਨੇ ਉਸਨੂੰ ਸ਼ੇਰਗੜੀ ਦੇ ਵਿੱਚ ਕੈਦ ਕਰ ਲਿਆ। ਇਹ ਘਟਨਾ 1817 ਦੀ ਹੈ। ਉੱਧਰੋਂ ਜਦੋਂ ਸ਼ਾਹ ਸਜਾ ਦੀ ਘਰਵਾਲੀ ਵਫਾ ਬੇਗਮ, ਜਦੋਂ ਉਹਨੇ ਵੇਖਿਆ ਕਿ ਜੇਕਰ ਇਸ ਏਸ਼ੀਆ ਦੇ ਖਿੱਤੇ ਦੇ ਵਿੱਚ ਮੇਰੇ ਘਰਵਾਲੇ ਦੀ ਕੋਈ ਜਾਨ ਬਚਾ ਸਕਦਾ ਹੈ ਤਾਂ ਉਹ ਸ਼ੇਰੇ ਪੰਜਾਬ ਰਣਜੀਤ ਸਿੰਘ ਹੈ। ਉਹ ਸਿੱਧੀ ਲਾਹੌਰ ਆਈ, ਲਾਹੌਰ ਆ ਕੇ ਫਕੀਰ ਅਜੀਜ਼ੂਦੀਨ ਨੂੰ ਮਿਲੀ। ਫਕੀਰ ਅਜੀਜ਼ੂਦੀਨ ਨੂੰ ਮਿਲ ਕੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਫਰਿਆਦੀ ਹੋਈ ਕਿ ਮੇਰੇ ਪਤੀ ਨੂੰ ਸ਼ੇਰਗੜੀ ਕਿਲ੍ਹੇ ਦੇ ਵਿੱਚ, ਜਿਹੜਾ ਸ਼੍ਰੀਨਗਰ ਦੇ ਵਿੱਚ ਹੈ, ਉੱਥੇ ਕੈਦ ਕੀਤਾ ਹੋਇਆ, ਜੇ ਕਿਤੇ ਤੁਸੀਂ ਮੇਰੇ ਪਤੀ ਨੂੰ ਉਸ ਕੈਦ ਦੇ ਵਿੱਚੋਂ ਮੁਕਤ ਕਰਾ ਦਿਓ ਤਾਂ ਮੈਂ ਤੁਹਾਨੂੰ ਕੋਹੇਨੂਰ ਹੀਰਾ ਦੇ ਦੇਵਾਂਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦੋ ਵਾਰੀ ਸ਼੍ਰੀਨਗਰ 'ਤੇ ਹਮਲਾ ਕੀਤਾ, ਇੱਕ ਵਾਰੀ ਬਰਫ਼ ਪੈ ਗਈ ਅਤੇ ਪੀਰ ਪੰਜਾਬ ਦੇ ਲਾਗੇ ਤੋਂ ਵਾਪਸ ਆਉਣਾ ਪੈ ਗਿਆ। ਦੂਜੀ ਵਾਰੀ ਫਿਰ ਗਰਮੀਆਂ 'ਚ ਹਮਲਾ ਕੀਤਾ, ਉਹਦੇ ਵਿੱਚ ਸਰਦਾਰ ਖੜਕ ਸਿੰਘ, ਉਹਦੇ ਵਿੱਚ ਹਰੀ ਸਿੰਘ ਨਲੂਆ, ਦੀਵਾਨ ਮੋਹਕਮ ਚੰਦ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ। ਫੌਜ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਇੱਕ ਪੀਰ ਪੰਜਾਬ ਦਾ ਇਲਾਕਾ, ਤੁਸੀਂ ਕਾਰਗਿਲ ਦਾ ਨਾਮ ਸੁਣਿਆ ਹੋਵੇਗਾ, ਉਹਦੇ ਨੇੜੇ ਦਾ ਇਲਾਕਾ, ਇੱਕ ਉਸ ਰਸਤੇ ਤੋਂ ਅਤੇ ਇੱਕ ਭਿੰਬਰ ਦੇ ਇਲਾਕੇ ਤੋਂ ਸ਼੍ਰੀਨਗਰ ਨੂੰ ਘੇਰ ਲਿਆ ਗਿਆ। ਇਸ ਘੇਰੇ ਦੇ ਵਿੱਚ ਉਸ ਸ਼ੇਰਗੜੀ ਦੇ ਉੱਪਰ ਹਮਲਾ ਕੀਤਾ ਗਿਆ। ਸ਼ੇਰਗੜੀ ਨੂੰ ਫਤਿਹ ਕਰਦਿਆਂ 350 ਸਿੱਖ ਸ਼ਹੀਦ ਹੋਏ, ਜਿਨ੍ਹਾਂ ਦਾ ਸ਼੍ਰੀਨਗਰ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਸ ਜਗ੍ਹਾ ਦੇ ਉੱਪਰ ਅੱਜ ਸ਼੍ਰੀਨਗਰ 'ਚ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ। ਸ਼ਾਹ ਸਜਾ ਨੂੰ ਉੱਥੋਂ ਮੁਕਤ ਕਰਾ ਕੇ ਲਾਹੌਰ ਲਿਆਂਦਾ ਗਿਆ, ਅਤੇ ਲਾਹੌਰ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਆਪਣੇ ਇਕਰਾਰ ਦੇ ਮੁਤਾਬਕ ਉਹ ਕੋਹੇਨੂਰ ਹੀਰਾ ਸਾਨੂੰ ਦੇ ਦਿਓ। ਇੰਨਾ ਕੀਮਤੀ ਹੀਰਾ ਸੀ, ਉਹ ਹੀਰਾ ਦੇਣ ਤੋਂ ਫਿਰ ਮੁੱਕਰ ਗਿਆ। ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹੌਸਲਾ ਵੇਖੋ, ਕਹਿੰਦਾ ਕਿ ਤੂੰ ਮੇਰੀ ਕੈਦ ਦੇ ਵਿੱਚ ਹੈ, ਜੇ ਮੈਂ ਚਾਹਵਾਂ ਤੈਨੂੰ ਅਤੇ ਤੇਰੀ ਪਤਨੀ ਨੂੰ ਕੈਦ ਕਰਕੇ, ਤਸੀਹੇ ਦੇ ਕੇ, ਤਸ਼ੱਦਦ ਕਰਕੇ ਵੀ ਉਸ ਹੀਰੇ ਨੂੰ ਲੈ ਸਕਦਾ, ਪਰ ਮੈਂ ਇਹ ਕੁਛ ਨਹੀਂ ਕਰੂੰਗਾ, ਮੈਂ ਗੁਰੂ ਦਾ ਸਿੱਖ, ਮੈਂ ਤੁਹਾਡੀ ਮਜਬੂਰੀ ਦੇ ਵਿੱਚ ਤੁਹਾਨੂੰ ਕੈਦ ਕਰਕੇ ਉਹ ਹੀਰਾ ਨਹੀਂ ਲਊਂਗਾ। ਤੁਸੀਂ ਇਹ ਦੱਸੋ ਕਿ ਉਹ ਹੀਰਾ ਵੇਚਣਾ ਕਿੰਨੇ ਦਾ? 2 ਲੱਖ ਮੋਹਰਾਂ ਉਸ ਹੀਰੇ ਦਾ ਮੁੱਲ ਪਿਆ, ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸਜਾ ਦੇ ਪਰਿਵਾਰ ਨੂੰ 2 ਲੱਖ ਰੁਪਇਆ ਦੇ ਕੇ ਉਹ ਹੀਰਾ ਖਰੀਦਿਆ, ਜਿਹੜਾ ਹੀਰਾ ਦਲੀਪ ਸਿੰਘ ਤੋਂ ਬਾਅਦ ਅੰਗਰੇਜ਼ ਲੈ ਗਏ। ਅੱਜ ਉਸ ਹੀਰੇ ਦੇ 6 ਟੁਕੜੇ ਕਰ ਦਿੱਤੇ ਗਏ ਨੇ, ਅਤੇ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਦੇ ਵਿੱਚ ਹੈ। ਕਦੀ ਅਸੀਂ ਉਸ ਹੀਰੇ ਦੇ ਵਾਰਸ ਸੀ? ਪਰ ਮੈਂ ਕਈ ਵਾਰੀ ਸੋਚਦਾ, ਅੱਜ ਤੋਂ 10 ਸਾਲ ਜਦੋਂ ਪਹਿਲਾਂ ਪੜ੍ਹਿਆ ਕਰਦਾ ਸੀ, ਜਾਂ ਜਦੋਂ ਮੈਂ ਇੰਗਲੈਂਡ ਜਾ ਕੇ ਵੇਖਦਾ ਸੀ ਕਿ ਹੀਰਾ ਸਾਡੀ ਜਾਇਦਾਦ ਹੈ, ਅਤੇ ਮੈਂ ਸੋਚਦਾ ਸੀ ਕਿ ਇਹ ਤਾਂ ਸਿੱਖਾਂ ਦੇ ਕੋਲ ਹੋਣਾ ਚਾਹੀਦਾ, ਪਰ ਜੋ ਹੁਣ ਆਪਣੀ ਕੌਮ ਦੇ ਹਾਲਾਤ ਵੇਖਦਾ, ਮੈਂ ਕਹਿੰਦਾ ਉੱਥੇ ਪਿਆ ਤਾਂ ਫਿਰ ਵੀ ਮਹਿਫੂਜ਼ ਹੈ, ਜੇਕਰ ਇੱਥੇ ਹੁੰਦਾ ਤਾਂ ਹੁਣ ਨੂੰ ਇਹਨਾਂ ਨੇ ਕੌਰਵਾਂ ਪਾਂਡਵਾਂ ਦਾ ਕਹਿ ਕੇ ਦਿੱਲੀ 'ਚ ਰੱਖਿਆ ਹੋਣਾ ਸੀ, ਹੁਣ ਨੂੰ ਇਹਨਾਂ ਨੇ ਉਹ ਵੀ ਸਾਡੇ ਕੋਲ ਖੋ ਲਿਆ ਹੋਣਾ ਸੀ। ਜੇ ਪੰਜਾਬ ਦਾ ਪਾਣੀ ਨਹੀਂ ਛੱਡਿਆ, ਪੰਜਾਬ ਦੇ ਹੱਕ ਨਹੀਂ ਛੱਡੇ, ਪੰਜਾਬ ਦੀ ਨੌਜਵਾਨੀ ਨਹੀਂ ਛੱਡੀ, ਤਾਂ ਉਹ ਇਹਨਾਂ ਨੇ ਹੀਰਾ ਸਾਡੇ ਕੋਲ ਕਿੱਥੋਂ ਛੱਡਣਾ ਸੀ, ਜਿਨ੍ਹਾਂ ਨੇ ਹੁਣ ਤੋਂ ਇਤਿਹਾਸ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਹੀਰਾ ਅਤੇ ਕੌਰਵਾਂ ਪਾਂਡਵਾਂ ਦਾ ਸੀ। ਖੈਰ, ਉਸ ਵੇਲੇ ਜਦੋਂ ਸ਼੍ਰੀਨਗਰ ਦੇ ਉੱਪਰ ਕਬਜ਼ਾ ਕੀਤਾ ਗਿਆ ਅਤੇ ਹਰੀ ਸਿੰਘ ਨਲੂਏ ਨੂੰ ਉੱਥੋਂ ਦਾ ਗਵਰਨਰ ਬਣਾਇਆ ਗਿਆ, ਹਰੀ ਸਿੰਘ ਨਲੂਏ ਨੇ ਆਪਣੇ ਨਾਮ ਦਾ ਸਿੱਕਾ ਜਾਰੀ ਕੀਤਾ ਸ਼੍ਰੀਨਗਰ ਦੇ ਵਿੱਚ। ਔਰ ਇੱਕ ਬੜੀ ਅਹਿਮ ਘਟਨਾ ਦੱਸਣੀ ਜ਼ਰੂਰੀ ਹੈ, ਉੱਥੇ 2 ਤਰ੍ਹਾਂ ਦੇ ਪਠਾਣ ਸੀ ਜਿਹੜੇ ਸਭ ਤੋਂ ਵੱਧ ਹਿੰਦੂਆਂ ਨੂੰ ਤੰਗ ਕਰਦੇ ਸੀ। ਇੱਕ ਪਠਾਣਾਂ ਨੂੰ ਕਹਿੰਦੇ ਅਸੀਂ ਬੱਬੇ ਪਠਾਣ, ਇੱਕ ਨੂੰ ਕਹਿੰਦੇ ਖੱਖੇ ਪਠਾਣ। ਤੁਸੀਂ ਜਿੰਨੀਆਂ ਵੀ ਇਤਿਹਾਸ ਦੀਆਂ ਕਿਤਾਬਾਂ ਪੜ੍ਹੋਗੇ, ਉਹਦੇ 'ਚ ਉਸ ਬੋਈ ਦੇ ਇਲਾਕੇ ਦੇ ਪਠਾਣ, ਜਿਹੜੇ ਮੁਜ਼ੱਫਰਾਬਾਦ ਤੋਂ ਸ਼੍ਰੀਨਗਰ ਟੰਗਾਮੂਲਾ ਤੱਕ ਦਾ ਇਲਾਕਾ, ਉਹਦੇ ਵਿੱਚ ਤੁਹਾਨੂੰ 2 ਤਰ੍ਹਾਂ ਦੇ ਪਠਾਣਾਂ ਦਾ ਜ਼ਿਕਰ ਮਿਲੇਗਾ।
ਇੱਕ ਬੱਬੇ ਪਠਾਨ ਅਤੇ ਇੱਕ ਖੱਖੇ ਪਠਾਨ। ਅਤੇ ਜੇ ਇਹਨਾਂ ਦਾ ਪਿਛੋਕੜ ਵੇਖੀਏ 7 ਸਦੀਆਂ ਤੋਂ ਪਹਿਲਾਂ 7ਵੀਂ 8ਵੀਂ ਪੀੜ੍ਹੀ ਦੇ ਵਿੱਚ, ਅਤੇ ਬੱਬੇ ਪਠਾਨ ਉਹ ਨੇ ਜਿਹੜੇ ਬ੍ਰਾਹਮਣਾਂ ਤੋਂ ਮੁਸਲਮਾਨ ਬਣੇ, ਅਤੇ ਖੱਖੇ ਪਠਾਨ ਉਹ ਨੇ ਜਿਹੜੇ ਖੱਤਰੀਆਂ ਤੋਂ ਮੁਸਲਮਾਨ ਬਣੇ। ਸੋ ਇਹ ਬੱਬੇ ਅਤੇ ਖੱਖੇ ਬ੍ਰਾਹਮਣਾਂ ਅਤੇ ਖੱਤਰੀਆਂ ਤੋਂ ਜਿਹੜੇ ਮੁਸਲਮਾਨ ਧਰਮ ਦੇ ਵਿੱਚ ਆਏ ਉਹਨਾਂ ਨੂੰ ਬੱਬੇ ਅਤੇ ਖੱਖੇ ਪਠਾਨ ਕਿਹਾ ਜਾਂਦਾ। ਵਡੇਰੇ ਇਹਨਾਂ ਦੇ ਵੀ ਬ੍ਰਾਹਮਣ ਸੀ ਅਤੇ ਬ੍ਰਾਹਮਣਾਂ ਦੇ ਉੱਪਰ ਹੀ ਜ਼ੁਲਮ ਕਰ ਰਹੇ ਸੀ, ਜਿਨ੍ਹਾਂ ਨੂੰ ਹਰੀ ਸਿੰਘ ਨਲੂਏ ਨੇ ਉਸ ਸਮੇਂ ਸਜ਼ਾ ਦਿੱਤੀ ਅਤੇ ਉਸ ਇਲਾਕੇ ਦੇ ਵਿੱਚ ਮੁਜ਼ੱਫਰਾਬਾਦ ਦੇ ਕੋਲ ਇੱਕ ਸ਼ਹਿਰ ਵਸਾਇਆ ਜਿਸ ਦਾ ਨਾਮ ਰੱਖਿਆ ਹਰੀ ਸਿੰਘਪੁਰਾ। ਇਤਿਹਾਸ ਦੇ ਉੱਪਰ ਮੈਂ ਖੋਜ ਕਰਦਾ, ਉਸ ਇਲਾਕੇ ਦੇ ਵਿੱਚ ਖੋਜ ਕਰਨ ਗਿਆ ਅਤੇ ਮੈਂ ਉੱਥੋਂ ਦੇ ਮੁਸਲਮਾਨਾਂ ਨੂੰ ਪੁੱਛਿਆ ਜੀ ਹਰੀ ਸਿੰਘਪੁਰਾ ਕਿੱਥੇ ਹੈ? ਕਹਿੰਦੇ ਜੀ ਹਰੀ ਸਿੰਘ ਦਾ ਅਸੀਂ ਨਾਮ ਨਹੀਂ ਲੈਂਦੇ। ਹੁਣ ਉਸ ਸ਼ਹਿਰ ਦਾ ਨਾਮ ਰੱਖਿਆ ਤ੍ਰਟ ਸਿੰਘਪੁਰਾ। ਵੈਸੇ ਹਰੀ ਸਿੰਘ ਹੈ ਕਾਗਜ਼ਾਂ ਦੇ ਵਿੱਚ ਨਾਮ, ਪਰ ਮੁਸਲਮਾਨ ਹਰੀ ਸਿੰਘਪੁਰਾ ਨਹੀਂ ਕਹਿੰਦੇ, ਅਜੇ ਵੀ ਹਰੀ ਸਿੰਘ ਤੋਂ ਡਰਦੇ ਨੇ, ਉਹ ਤ੍ਰਟ ਸਿੰਘਪੁਰਾ ਕਹਿੰਦੇ ਨੇ। ਅਤੇ ਕਸ਼ਮੀਰੀ ਭਾਸ਼ਾ ਦੇ ਵਿੱਚ ਤ੍ਰਟ ਦਾ ਮਤਲਬ ਹੁੰਦਾ ਅਸਮਾਨੀ ਬਿਜਲੀ। ਉਹ ਹਰੀ ਸਿੰਘ ਨਲੂਏ ਨੂੰ ਅਸਮਾਨੀ ਬਿਜਲੀ ਵਾਂਗੂ ਗਿਣਦੇ ਨੇ, ਕਹਿੰਦੇ ਉਹ ਤਾਂ ਅਸਮਾਨੀ ਬਿਜਲੀ ਵਾਂਗੂ ਆ ਕੇ ਡਿੱਗਦਾ ਸੀ, ਅਸੀਂ ਉਹਦਾ ਨਾਮ ਨਹੀਂ ਲੈਣਾ, ਅਜੇ ਵੀ ਡਰਦੇ। ਹਰੀ ਸਿੰਘਪੁਰਾ ਨਹੀਂ ਕਹਿੰਦੇ, ਉਹ ਤ੍ਰਟ ਸਿੰਘਪੁਰਾ ਕਹਿੰਦੇ। ਤੁਸੀਂ ਵੇਖ ਲਓ ਕਿ ਹੁਣ ਉਹ ਜਰਨੈਲ ਕਿੰਨਾ ਬਹਾਦਰ ਹੋਵੇਗਾ। ਉਸ ਇਲਾਕੇ ਦੇ ਬੱਬੇ ਔਰ ਖੱਖੇ ਪਠਾਣਾਂ ਨੂੰ ਹਰੀ ਸਿੰਘ ਨਲੂਏ ਨੇ ਸੋਧਿਆ, ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੇ ਰਾਜ ਦੇ ਦਾਇਰੇ ਦੇ ਵਿੱਚ ਲਿਆਂਦਾ। ਔਰ ਉਸ ਸਮੇਂ ਫਿਰ ਉਸਨੇ ਇੱਕ ਐਲਾਨ ਕੀਤਾ, ਮੈਂ ਕਹਿੰਦਾ ਅੱਜ ਜਿਹੜੇ ਹਿੰਦੁਸਤਾਨ ਦੇ ਹੁਕਮਰਾਨ ਬਣੇ ਫਿਰਦੇ ਨੇ, ਜੇ ਕਿਤੇ ਆਪਣੇ ਇਤਿਹਾਸ ਨੂੰ ਪੜ੍ਹਨ ਤਾਂ ਇੱਕ ਫਾਰੂਕ ਅਬਦੁੱਲਾ ਦੀ ਲਿਖੀ ਹੋਈ ਕਿਤਾਬ ਹੈ ਉਰਦੂ ਦੇ ਵਿੱਚ, ਆਤਿਸ਼ੇ ਚਨਾਰ। ਆਤਿਸ਼ੇ ਚਨਾਰ ਦਾ ਹੁਣ ਅੰਗਰੇਜ਼ੀ ਅਨੁਵਾਦ ਵੀ ਮਿਲਦਾ, ਕਿਤੇ ਪੜ੍ਹ ਕੇ ਵੇਖਿਓ। ਉਹਦੇ ਵਿੱਚ ਇੱਕ ਹੀ ਪਰਿਵਾਰ ਹੈ, ਰਾਜ ਕੌਲ ਅਤੇ ਰਘੂ ਰਾਮ ਕੌਲ, ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਜਿਹੜਾ ਸੀਗਾ ਸੈਯਦ ਇਬਰਾਹੀਮ ਦੇ ਰਾਹੀਂ ਮੁਸਲਮਾਨ ਬਣ ਗਿਆ ਅਤੇ ਇੱਕ ਹਿੰਦੂ ਬਣਿਆ ਰਿਹਾ। ਜਿਹੜਾ ਹਿੰਦੂ ਬਣਿਆ ਰਿਹਾ ਉਹਦੇ ਪਰਿਵਾਰ ਦੇ ਵਿੱਚੋਂ ਜਵਾਹਰ ਲਾਲ ਨਹਿਰੂ ਹੈ, ਅਤੇ ਜਿਹੜਾ ਮੁਸਲਮਾਨ ਰਿਹਾ ਉਹਦੇ ਵਿੱਚੋਂ ਫਾਰੂਕ ਅਬਦੁੱਲੇ ਦਾ ਖਾਨਦਾਨ ਹੈ। ਇਹ ਫਾਰੂਕ ਅਬਦੁੱਲਾ ਆਪਣੀ ਕਿਤਾਬ 'ਚ ਆਪ ਗਿਣਦਾ, ਇਹ ਇਹਨਾਂ ਲੋਕਾਂ ਦਾ ਇਤਿਹਾਸ ਹੈ, ਇਹ ਇਤਿਹਾਸ ਹੈ ਇਹਨਾਂ ਦਾ ਕਿ ਉਸ ਸਮੇਂ ਦੇ ਦੌਰਾਨ ਇਹਨਾਂ ਦੇ ਵਡੇਰੇ ਇੱਕ ਪਰਿਵਾਰ ਮੁਸਲਮਾਨ ਬਣ ਗਿਆ, ਇੱਕ ਪਰਿਵਾਰ ਇਸਲਾਮ ਧਰਮ ਦਾ ਧਾਰਨੀ ਬਣ ਕੇ ਉੱਧਰ ਚਲਾ ਗਿਆ ਅਤੇ ਇੱਕ ਪਰਿਵਾਰ ਹਿੰਦੂ ਰਿਹਾ। ਇਸੇ ਕਰਕੇ ਤੁਸੀਂ ਜਿਹੜੀ ਆਟੋਬਾਇਓਗ੍ਰਾਫੀ ਪੰਡਿਤ ਨਹਿਰੂ ਦੀ ਪੜ੍ਹੋ, ਅਤੇ ਉਹ ਖੁਦ ਉਹਦੇ ਵਿੱਚ ਮੰਨਦਾ ਹੈ ਕਿ ਸਾਡੇ ਵੱਡੇ ਵਡੇਰੇ ਕਸ਼ਮੀਰ ਦੇ ਰਹਿਣ ਵਾਲੇ ਰਾਜ ਕੌਲ ਦੇ ਖਾਨਦਾਨ ਦੇ ਵਿੱਚੋਂ ਸੀ, ਅਤੇ ਡਾਕਟਰ ਸੰਗਤ ਸਿੰਘ ਹੋਣਾ ਨੇ ਅਤੇ ਕੁਝ ਹੋਰ ਵਿਦਵਾਨਾਂ ਨੇ, ਸਭ ਤੋਂ ਪਹਿਲਾਂ ਹਿੰਮਤ ਸਿੰਘ ਬੇਦੀ ਨੇ ਇਹ ਰਿਸਰਚ ਕੀਤੀ ਸੀ ਕਿ ਜਿਹੜਾ ਰਾਜ ਕੌਲ ਹੈ ਉਹ ਗੰਗੂ ਬ੍ਰਾਹਮਣ ਦਾ ਬੇਟਾ ਸੀ। ਗੰਗੂ ਬ੍ਰਾਹਮਣ ਉਹੀ ਹੈ ਜਿਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਧੋਖੇ ਦੇ ਨਾਲ ਗ੍ਰਿਫਤਾਰ ਕਰਾਇਆ ਸੀ। ਸੋ ਗੰਗੂ ਦਾ ਪੁੱਤਰ ਰਾਜ ਕੌਲ ਹੈ ਅਤੇ ਰਾਜ ਕੌਲ ਦੇ ਖਾਨਦਾਨ ਦੇ ਅੱਗੋਂ ਨਹਿਰੂ ਪਰਿਵਾਰ ਚੱਲਦਾ ਹੈ। ਨਹਿਰੂ ਹਿੰਦੂ ਧਰਮ ਦੀ ਕੋਈ ਸਬ ਕਾਸਟ ਨਹੀਂ ਹੈ, ਕੋਈ ਗੋਤ ਨਹੀਂ ਹੈ। ਜਿਸ ਵੇਲੇ ਰਾਜ ਕੌਲ ਫਾਰੂਕ ਸੀਰ ਦੇ ਦਰਬਾਰ ਦੇ ਵਿੱਚ ਆਇਆ ਅਤੇ ਉਹਨੇ ਆ ਕੇ ਦੱਸਿਆ ਕਿ ਸਾਡੇ ਵਡੇਰਿਆਂ ਨੇ ਸਿੱਖਾਂ ਦੇ ਗੁਰੂ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਾਇਆ ਸੀ, ਅਤੇ ਉਸ ਸਮੇਂ ਇਲਾਹਾਬਾਦ ਨਹਿਰ ਦੇ ਕੰਢੇ ਇਹਨਾਂ ਨੂੰ 700 ਏਕੜ ਜ਼ਮੀਨ ਦਿੱਤੀ ਗਈ ਜਿੱਥੋਂ ਇਹਨਾਂ ਦੇ ਪਰਿਵਾਰ ਦੇ ਨਾਲ ਨਹਿਰੂ ਸ਼ਬਦ ਲੱਗਾ। ਅਦਰਵਾਈਜ਼ ਨਹਿਰੂ ਹਿੰਦੂ ਧਰਮ ਦੇ ਵਿੱਚ ਕੋਈ ਸਬ ਕਾਸਟ ਨਹੀਂ ਹੈ, ਇਸ ਦੇ ਬਾਰੇ ਇਤਿਹਾਸਕ ਸਰੋਤ ਨੇ, ਤੁਸੀਂ ਪੜ੍ਹ ਸਕਦੇ ਹੋ। ਖੈਰ ਉਸ ਸਮੇਂ ਹਰੀ ਸਿੰਘ ਨਲੂਏ ਨੇ ਉਸ ਇਲਾਕੇ ਦੇ ਵਿੱਚ ਜਿਹੜਾ ਪ੍ਰਬੰਧ ਕੀਤਾ, ਹਰੀ ਸਿੰਘ ਨਲੂਏ ਨੇ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਕਿ ਜਿਹੜੇ ਹਿੰਦੂ ਮੁਸਲਮਾਨਾਂ ਤੋਂ ਡਰਦੇ ਇਸਲਾਮ ਧਰਮ 'ਚ ਚਲੇ ਗਏ ਨੇ ਉਹ ਦੁਬਾਰਾ ਹਿੰਦੂ ਧਰਮ 'ਚ ਆ ਸਕਦੇ ਨੇ ਜੇ ਆਉਣਾ ਚਾਹੁਣ। ਤਾਂ ਇੱਕ ਮਹੀਨੇ ਦੇ ਵਿੱਚ 40,000 ਹਿੰਦੂ ਦੁਬਾਰਾ ਮੁਸਲਮਾਨ ਧਰਮ ਨੂੰ ਛੱਡ ਕੇ ਫਿਰ ਆਪਣੇ ਧਰਮ ਦੇ ਵਿੱਚ ਆਇਆ। ਇਹ ਉਹ ਸੰਕਲਪ ਸੀ ਜਿਹੜਾ ਸਾਡੇ ਗੁਰਦੇਵ ਪਾਤਸ਼ਾਹ ਨੇ ਬਖਸ਼ਿਆ ਸੀ ਕਿ ਜੇ ਕੋਈ ਸੱਚਾ ਹਿੰਦੂ ਹੈ ਤਾਂ ਸੱਚਾ ਹਿੰਦੂ ਬਣ ਕੇ ਵਿਖਾਵੇ, ਜੇ ਕੋਈ ਮੁਸਲਮਾਨ ਹੈ ਤਾਂ ਸੱਚਾ ਮੁਸਲਮਾਨ ਬਣ ਕੇ ਰਵੇ। ਕਿਸੇ ਨੂੰ ਵੀ ਜਬਰੀ ਤੌਰ 'ਤੇ ਨਾ ਸਾਡੇ ਸਿੱਖ ਧਰਮ ਦੇ ਵਿੱਚ ਧਰਮ ਤਬਦੀਲ ਕੀਤਾ ਗਿਆ, ਅਤੇ ਜਬਰੀ ਤੌਰ 'ਤੇ ਨਾ ਹੀ ਕਿਸੇ ਨੂੰ ਧਰਮ ਤਬਦੀਲੀ ਦੀ ਇਜਾਜ਼ਤ ਦਿੱਤੀ ਗਈ ਹੈ। ਸੋ ਹਰੀ ਸਿੰਘ ਨਲੂਏ ਨੇ ਉੱਥੇ ਬਹੁਤ ਵੱਡਾ ਰਾਜ ਜਿਹੜਾ ਸੀ ਉਹ ਸਥਾਪਿਤ ਕੀਤਾ। ਉਹਨਾਂ ਸਮਿਆਂ ਦੇ ਵਿੱਚ ਸ਼੍ਰੀਨਗਰ ਦਾ ਇੰਨਾ ਵਿਕਾਸ ਹੋਇਆ ਕਿ ਪਸ਼ਮੀਨੇ ਦੇ ਸ਼ਾਲ ਅਤੇ ਪਸ਼ਮੀਨੇ ਦੇ ਗਲੀਚੇ, ਜਿਹੜਾ ਵੀ ਉੱਥੋਂ ਦਾ ਵਪਾਰ ਸੀ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਹੋਇਆ। 2 ਸਾਲ ਲਗਾਤਾਰ ਹਰੀ ਸਿੰਘ ਨਲੂਆ ਉਸ ਇਲਾਕੇ ਦਾ ਗਵਰਨਰ ਰਿਹਾ। ਉਸ ਤੋਂ ਬਾਅਦ ਫਿਰ ਹਰੀ ਸਿੰਘ ਨਲੂਏ ਨੇ ਹਜਰੋਂ ਦੇ ਇਲਾਕੇ ਦੇ ਵਿੱਚ ਆ ਕੇ ਹੋਰ ਕਿਲ੍ਹੇ ਸਥਾਪਿਤ ਕੀਤੇ, ਹੋਰ ਕਈ ਇਲਾਕੇ ਫਤਿਹ ਕੀਤੇ। ਅਖੀਰ ਫਿਰ ਹਰੀ ਸਿੰਘ ਨਲੂਏ ਨੇ ਆਪਣਾ ਅਗਲਾ ਨਿਸ਼ਾਨਾ ਜਿਹੜਾ ਸੀ ਉਹ ਜਮਰੌਦ ਨੂੰ ਚੁਣਿਆ। ਹਰੀ ਸਿੰਘ ਨਲੂਏ ਨੇ ਅਟਕ ਨੂੰ ਫਤਿਹ ਕੀਤਾ, ਅਟਕ ਦੇ ਕੰਢੇ ਦੇ ਉੱਪਰ ਕਿਲ੍ਹਾ ਤਿਆਰ ਕੀਤਾ। ਇਹ ਕਿਲ੍ਹਾ ਪਹਿਲਾਂ ਵੀ ਸੀ, ਪੁਰਾਣਾ ਕਿਲ੍ਹਾ ਸੀ, ਉਸ ਕਿਲ੍ਹੇ ਨੂੰ ਦੁਬਾਰਾ ਤਾਮੀਰ ਕੀਤਾ ਗਿਆ ਔਰ ਉੱਥੇ ਜਿਹੜੀਆਂ ਸਿੱਖ ਫੌਜਾਂ ਸੀ ਉਹਨਾਂ ਨੂੰ ਉੱਥੇ ਰੱਖਿਆ ਗਿਆ। ਉਸ ਤੋਂ ਬਾਅਦ ਹਰੀ ਸਿੰਘ ਨਲੂਏ ਨੇ ਹਜ਼ਰੇ ਦਾ, ਜਿਸਨੂੰ ਫਰੰਟੀਅਰ ਦਾ ਇਲਾਕਾ ਕਿਹਾ ਜਾਂਦਾ ਸੀ, ਇਹਨੂੰ ਫਤਿਹ ਕੀਤਾ। ਅੱਜ ਜਿੰਨਾ ਵੀ ਤੁਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹੋ
कि उत्थे पठाणा दियां दो किस्मां ने, है सारे फ्रंटियर दे इलाके दे विच पठाण। एक पठान उन्हें जिन्हां दे पिछे खेल शब्द लगता है, एक दे पिछे जई शब्द लगता है, यूसुफ जई, अली जई, बरक जई, गिल जई, ये उत्थे 27 उन्हां दियां मुखियां ने पठाणा दियां। 14-15 दे पिछे जई शब्द लगता है, तो कुछ दे पिछे अल्लाह खेल, ईसा खेल, मूसा खेल, इबरा खेल। जिहड़े पठान पिंडां दे विच एक खास जाति नाल संबंधित ने उन्हां दे पिछे खेल शब्द लगता है, तो जिहड़े एक खास जद दे विचों ने, खास परिवार दे विचों ने, उन्हां दे पिछे जई शब्द लगता है। सो ये यूसुफ जई तो लैके गिल जई तो उस तों लैके ईसा खेल तक ये 27 पठाणा दे कबीले से जिहड़े सारे ही सिखां दे खिलाफ सी। हरी सिंह नलूए ने उस इलाके नूं फतेह कीता और वह इलाका फतेह करना ही सब तो औखा सी। अटक दे किले नूं फतेह करके शेरे पंजाब महाराजा रणजीत सिंह ने अगला किला तैयार किया मिचनी दा। बीबी हरशरन कौर का नाम तुसीं सुनिया होगा। जिहड़ी बीबी हरशरन कौर की घटना है वह उदों वापरी है जदों शेरे पंजाब महाराजा रणजीत सिंह ने मिचनी का इलाका फतेह किया। मिचनी का इलाका फतेह किया, उत्थे किला तैयार किया। किला तैयार करन तों बाद जिस वेले हरी सिंह नलूआ दरबार ला के बैठा तो एक पंडित आया दरबार दे विच, आ के उसने बेनती की कि असी अपने बेटे नूं व्याह के लैके आ रहे सी ते रस्ते दे च पठाणा ने साडा डोला लुट लिया। मिचनी दे पठाण साडी बच्ची नूं चुक के लै गए ने ते उन्होंने मिचनी दे खान दे हवाले कर दिता है जिहड़ा उत्थों दा फौजदार है। तो सानूं इह पता है कि वह फौजदार जदों किसे बच्ची नूं चुक के लै जांदा है ते उहदी इज्जत लुट्टण तों बाद उसनूं कतल कर दिंदा है, कदी बच्ची वापस नहीं आई। हरी सिंह नलूए ने एक सवाल किया है, कहिंदा किन्ने पठाणा ने तुहानूं लुट्टिया? कहिंदा 5 पठाण आए से बड़े शस्त्रधारी हो गए। कहिंदा तुहाडी बरात दे विच किन्ने व्यक्ति सी? कहिंदा जी 30 तों 40। हरी सिंह नलूआ मुस्कुरा के कहिंदा फिर तुहाडा यही हाल ही होना है, जेकर 30-40 तुसीं व्यक्ति और तुहाडे कोलों 5 पठाण तुहाडे घर की इज्जत नूं खो के लै गए फिर तुहाडा यही हाल होना। उस वेले हरी सिंह नलूए ने मिचनी के उस खान के इलाके के उपर कब्जा किया, उस बच्ची नूं छड़ाया गया। जदों वह बच्ची हरी सिंह नलूए के दरबार के आई तो हरी सिंह नलूए ने परिवार के लोगों को कहा कि तुहाडी बच्ची नूं सही सलामत लै आंदा है, हुण तुसीं अपने घर ले जा सकते हो। तो वह जिहड़े ब्राह्मण सी एक दूजे के मूँह वल वेखण लगे, एक दूजे के मूँह वल वेख रहे हैं। तो हरी सिंह नलूआ पुछदा की गल, तुसीं आके शिकायत की सी कि मिचनी का पठान बच्ची नूं चुक के लै गया, मैं उत्थे हमला किया तो बच्ची तुहाडे सामने वाले वापस लिया करके लिया दिता है, खड़ा कर दिता है, हुण तुसीं एक दूजे के मूँह वेख रहे हो। तो जवाब पता की सी, पठान दे घर एक दिन रह आई है, धर्म भ्रिष्ट हो गया है, पिटी गई है, हुण ये साडे घर नहीं जा सकदी। तो उस वेले उस बच्ची ने कहा, कहिंदी सिखां दे जरनैला इन्हां नूं बोलण दी लोड़ ही नहीं, मैं अपना फैसला तैनूं सुणाउनी आ कि मैं तेरी शरण दे विच आई हाँ, मैं इन्हां दे नाल जाणा वी नहीं चाहुंदी जिहड़े मेरी इज्जत की रक्षा नहीं कर सकते, मैं हुण इन्हां दे घर दे विच जाणा वी नहीं चाहुंदी, चाहे एक पासे मेरा सहुरा परिवार है, एक पासे मेरा पेका परिवार है, पर जिहड़े अपनी बच्ची की इज्जत की रक्षा नहीं कर सके मैं इन्हां दे नाल जाणा वी नहीं चाहुंदी। जे असीं इतिहास दे विच थोड़ा पिछे चले जाइए ना, अक्सर ये घटनावां वापरदियां रहियां ने और उन्हां घटनावां दे जिहड़े हीणे पक्ष सी ना वह अज साडियां मर्यादा दे हिस्से बन गए और साडे वास्ते शर्मनाक गल्लां ने। असीं कदी भी उस चीज़ का अध्ययन नहीं किया कि अंग्रेजी का असूल है डीकंस्ट्रक्ट द वर्ड यू विल फाइंड द पास्ट स्ट्रक्चर। जदों तुहाडे सामने कोई शब्द आउंदा है ना उसनूं तोड़ के वेखो कि इहदा पिछोकड़ की है। विआह शादियां हुंदियां जी, जदों लाड़ा तैयार हुंदा ना तो उहदे नाल बच्चे नूं बिल्कुल लाड़े वर्गे कपड़े पा दिते जांदे, तो उहनूं की कहिंदे असीं जी? एक बच्चा लाड़े दे नाल तैयार किया जाता है, परिवार के विचों असीं की कहिंदे आ? सरबाला। हुण थोड़ा पिछे आ जाइए, जिन्हां समयां दे विच इस तरह के नाल बरातां लुट लईआं जांदियां सी उदों सियाणे जिहड़े हिंदू विद्वान सी उहनां ने एक ढंग लभिया। विआह वाले लड़के नूं कहा जांदा वर, लड़की नूं कहा जांदा बाला, वर बाला। कई बार इंज हुंदा सी कि जदों बरात जा रही हुंदी सी ते उस बरात दे गहने गट्टे माया ते कीमती औसाफ लुट्टण दे वास्ते पठान हमले करदे सी ते विआह वाला लड़का मारिया जांदा सी। लड़की उन्हां समयां दे विच कोई वेख विखावा ते हुंदा नहीं सी, घर बैठी ही विधवा हो जांदी सी। उदों सियाणे लोकां ने सोचिया
कि क्यों ना एज ए सब्सीट्यूट लड़की का माम लड़के का मामे का मासे का चाचे का हम उम्र लड़का बिल्कुल लाड़े वगू तैयार करके बरात के पिछे रखा जाए। जे लाड़े की मौत हो जाए तो उस लड़की का विह उस जाए वह वर के बाला के उपर एक सब्सीट्यूट बनाया गया सर बाला। बड़ी घटिया पद्धर तक रसम पैदा हुई सी अज साडे सिखां दे विच इन्नी ज़्यादा प्रचलित हो गई कि मेरे ख्याल दे नाल कोई साडा ऐसा विआह नहीं हुंदा जिस सरबाला ना बनाया जाए। भी शुरुआत इहदी कित्थों हुई, असीं कदी इस पिछोकड़ नूं नहीं वेखदे भी साडे धर्म दे विच कित्थों आ गई, साडी मर्यादा 'च इहदा जिक्र नहीं, साडे स्रोतां 'च इहदा जिक्र नहीं, असीं इस रसम नूं कित्थों लै आंदा। असीं उस ब्राह्मणवाद दी कमजोरी दे विच्चों लै के आंदा जिहड़ा उहनां समयां विच उहनां ने इक हल कढ़िया, असीं भी वह हल जिहड़ा सी उसनूं फॉलो करना शुरू कर दिता। खैर उस बच्ची ने कहा, कहिंदी ये जिहड़े लोग मेरी इज्जत की रक्षा नहीं कर सकते, मैं हुण तुहाडी शरण दे विच आ, मैं हुण उहनां दे कोल जाणा भी नहीं चाहुंदी। तो उस वेले उस बच्ची ने खंडे बाटी का पाहुल लई ते शरण दे विच आउण करके उस बच्ची का नाम शरण कौर रख्या गया। इतिहास दे विच उसदे दो नाम मिलते ने, शरणागत कौर ते हरशरण कौर। एक स्रोत अंग्रेज़ां दा है जिहड़ा उसका नाम शरणागत कौर दसता है, बाकी जिन्ने भी साडे पंजाबी और गुरमुखी के स्रोत ने उस बच्ची का नाम हरशरण कौर दसते हैं। सो शेरे पंजाब महाराजा रणजीत सिंह दे इस जरनैल ने मिचनी का इलाका फतेह किया। मिचनी का इलाका फतेह करन तो बाद अटक का इलाका फतेह किया, उत्थे किला बनाउण तो बाद इस जरनैल ने जमरौत का किला फतेह किया। जमरौत का किला फतेह करना कोई छोटी गल नहीं सी। जेकर तुसी 710 तो शुरू हो जाओ ना मुहम्मद बिन कासम तो, ते मुहम्मद बिन कासम तो लैके अहमद शाह अबदाली तक एक हमला केवल काठियावाड़ गुजरात के रस्ते होया है। जिन्ने भी हमले हिंदुस्तान के उपर होए ने सारे इस रस्ते होए ने। इसनों दराए खैबर का इलाका कहा जाता सी। ये पांच दरे ने, दराए नूर तो लैके दराए काफ ते दराए खैबर तक। इन दरिया के विचों हमेशा हिंदुस्तान के उपर हमला हुंदा रहा है। तो जिस जरनैल का शहीदी दिहाड़ा तुसी मना रहे हो, माण है उस जरनैल की बहादुरी और जुरत के उपर कि जदों उसने जमरौद नूं फतेह कर लिया उस तो बाद एक भी हमला हिंदुस्तान के उपर उस रस्त्यों नहीं होया। उस तो पहला सारे रस्ते इस इलाके हुए। अंग्रेजा ने इस इलाके गेटवे ऑफ इंडिया कहा कि इंडिया का दरवाजा। इस दरवाजे नूं जेकर बंद किया तो हरी सिंह नलूए ने बंद किया। वीर जी गल कर रहे थे कि आस्ट्रेलिया दी अखबारों में इस गल की चर्चा हुई, ये 2012 की गल है, पर ये तो पेल 1892 के अंग्रेजी अखबार से टिट बिट्स वो एडिटर ने एक एडिटोरियल लिखा से कहता मैं दुनिया के लोगों को पूछना चाहना कि दुनिया का व्डा जरनैल कि मैं दुनिया के लोगों को पूछना चाहना। दुनिया के समय जड़े जड़े क्योंकि आम लोगों तक तो अखबार आदि नहीं सी, तकरीबन 125 साल पहल की गल है, जिन्हें कि उन्होंने समयों के अमीर परिवार से रॉयल फैमिली से जिन्हों के घर चो अंग्रेजी अखबार आँदी सी उन्होंने चिट्ठियां लिखिया। किसी ने कहा चंगेज़ खान दुनिया का वड्डा जरनैल है, किसी ने कहा नपोलीयन वड्डा जरनैल है, किसी ने तैमूर की गल की, किसी ने बाबर की गल की, किसी ने ड्यूक ऑफ विलिंगटन की गल की। उसने सारिया चिट्ठिया पढ़न तो बाद जो एक महीने बाद एडिटोरियल लिखा ना वो शब्द बड़े अहम ने, तुहाडे कोल स्मार्टफोन ने इंटरनेट के उपर वेख सकते हो। उन्हें शब्द पता की लिखे से, कहिंदा बेशक हर व्यक्ति ने जिहड़ी अपनी अपनी राय दसी है मैं उसनों तस्लीम करदा, मैं मानदा कि किसी के वास्ते नपोलीयन वड्डा होगा, किसी के वास्ते ड्यूक ऑफ विलिंगटन वड्डा होगा, किसी के वास्ते सिकंदर वड्डा होगा, किसी के वास्ते चंगेज़ खान वड्डा होगा। पर कहिंदा जे निरपक्षता दे नाल अध्ययन किया जाए ना तो ये जिन्ने भी जरनैल ने सिकंदर तो लैके चंगेज़ खान तक ये सारे दराए खैबर के उपर आके हार दे रहे हैं। कहिंदा जे मैनू पूछा जाए तो मैं कहूँगा कि दुनिया का सब तो वड्डा जरनैल हरी सिंह नलूआ जिन्हें 40 साल की उम्र जमरौद नूं फतेह कर दिता। कहिंदा मेरी नज़र दे विच दुनिया का सब तो वड्डा जरनैल हरी सिंह नलूआ है जिन्हें उस इलाके फतेह किया जिन्हों अज तक पुरानी गल तो छड्ड दिओ, अज तक भी अफगानिस्तान के इस इलाके उपर अमरीका पूरी तरह के नाल काबज़ नहीं हो सकिया। जिहड़े पायलटलैस प्लेन होंदे ने ड्रोन के नाल हमले किए जा रहे हैं, अमरीका की फौज ने इत्थे अगे वधण तों ना कर दित्ती सी। बेशक अमरीका 1300 मिलियन डॉलर का नुकसान करा के जंग दे विच वापस जाना पिया, पर दराए कैफ तो लैके दराए खैबर तक का जिहड़ा इलाका अजे तक अमरीका भी नहीं फतेह कर सकिया। जे उस इलाके दुनिया के किसी जरनैल ने फतेह किया तो वह जरनैल है जिसका तुसी शहीदी दिहाड़ा मना रहे हो। इस तो पहला कोई उस इलाके फतेह नहीं कर सकिया। सो हरी सिंह नलूए ने उत्थे एक पुराना किला सी, पहला उसनू तामीर किया। उसनू तामीर करन तो बाद
ਹਰੀ ਸਿੰਘ ਲਲੂਏ ਨੇ ਉੱਥੇ ਇੱਕ ਨਵਾਂ ਕਿਲ੍ਹਾ ਬਣਾਉਣਾ ਸ਼ੁਰੂ ਕੀਤਾ। ਜਦੋਂ ਨਵਾਂ ਕਿਲ੍ਹਾ ਬਣਾ ਰਿਹਾ ਸੀ, ਉਸ ਸਮੇਂ ਅਜ਼ਮਲ ਖਾਨ ਨੇ ਹਮਲਾ ਕਰ ਦਿੱਤਾ, ਉਸ ਕਿਲ੍ਹੇ ਦੇ ਕੰਮ ਨੂੰ ਥੋੜ੍ਹਾ ਜਿਹਾ ਵਿੱਚ ਛੱਡਣਾ ਪਿਆ, ਪਰ ਜਿਹੜਾ ਪੁਰਾਣਾ ਕਿਲ੍ਹਾ ਸੀ ਉਸਦੀ ਤਾਮੀਰ ਕਰਕੇ ਉਹਦੇ ਅੰਦਰ ਇੱਕ ਖੂਹ ਪਟਵਾਇਆ ਗਿਆ। ਖੂਹ ਇਸ ਕਰਕੇ ਪਟਵਾਇਆ ਗਿਆ ਕਿ ਉਸ ਕਿਲ੍ਹੇ ਨੂੰ ਜਿਹੜਾ ਪਾਣੀ ਆਉਂਦਾ ਸੀ ਉਹ ਕਾਬਲ ਤੋਂ ਆਉਂਦੇ ਦਰਿਆ ਦੇ ਵਿੱਚੋਂ ਇੱਕ ਬਾਰਾ ਨਾਮ ਦਾ ਖਾਲ ਕੱਢਿਆ ਗਿਆ ਸੀ, ਉਸ ਖਾਲ ਦੇ ਰਾਹੀਂ ਕਿਲ੍ਹੇ ਨੂੰ ਪਾਣੀ ਆਉਂਦਾ ਸੀ। ਅਤੇ ਪਹਿਲਾਂ ਤਾਂ ਹਰੀ ਸਿੰਘ ਲਲੂਏ ਨੇ ਦਰਾਏ ਖੈਬਰ ਦੇ ਪਠਾਣਾਂ ਦੇ ਨਾਲ ਇੱਕ ਸੰਧੀ ਕੀਤੀ ਕਿ ਮੈਂ ਤੁਹਾਨੂੰ 1200 ਮੋਹਰਾਂ ਦੀ ਜਗੀਰ ਦਿੰਦਾ, ਤੁਸੀਂ ਇਸ ਪਾਣੀ ਨੂੰ ਨਹੀਂ ਰੋਕਣਾ। ਕੁਝ ਚਿਰ ਤੱਕ ਤਾਂ ਉਹ ਸੰਧੀ ਦੇ ਉੱਪਰ ਉਹ ਕਾਇਮ ਰਹੇ, ਪਰ ਹਰੀ ਸਿੰਘ ਲਲੂਆ ਬੜਾ ਨੀਤੀਵਾਨ ਜਰਨੈਲ ਸੀ, ਉਸਨੇ ਸੋਚਿਆ ਕਿ ਜੇ ਕਿਤੇ ਇਹਨਾਂ ਦੇ ਉੱਪਰ ਕੋਈ ਬਾਹਰੀ ਦਬਾਅ ਪਿਆ ਅਤੇ ਇਹਨਾਂ ਨੇ ਕਿਲ੍ਹੇ ਦਾ ਪਾਣੀ ਰੋਕ ਦਿੱਤਾ ਨਾ, ਅਤੇ ਫਿਰ ਅੰਦਰ ਸਿੱਖ ਫੌਜਾਂ ਦੇ ਵਾਸਤੇ ਪਾਣੀ ਦੀ ਕਿੱਲਤ ਹੋਵੇਗੀ, ਲੜਨਾ ਬਹੁਤ ਔਖਾ ਹੋਵੇਗਾ, ਰੇਤਲਾ ਇਲਾਕਾ, ਗਰਮੀ ਉੱਥੇ ਬਹੁਤ ਹੁੰਦੀ ਹੈ। ਉਸ ਕਰਕੇ ਉਸਨੇ ਕਿਲ੍ਹੇ ਦੇ ਅੰਦਰ ਦੇ ਵਿੱਚ ਇੱਕ ਬਹੁਤ ਡੂੰਘਾ ਖੂਹ ਪਟਵਾਇਆ ਕਿ ਜੇ ਬਾਹਰੋਂ ਪਾਣੀ ਨਾ ਆ ਸਕੇ ਅਤੇ ਅੰਦਰੋਂ ਪਾਣੀ ਦੀ ਜਿਹੜੀ ਕਮੀ ਉਸਨੂੰ ਪੂਰਾ ਕੀਤਾ ਜਾ ਸਕੇ। ਹਰੀ ਸਿੰਘ ਲਲੂਏ ਨੇ ਜਦੋਂ ਉਸ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਅਤੇ ਸ਼ਮਸ਼ੂਦੀਨ ਉਸ ਇਲਾਕੇ ਦਾ ਹਾਕਮ ਸੀ, ਉਸਦਾ ਨਾਇਬ ਜਿਹੜਾ ਸੀ ਨਾਸਰ ਖਾਨ ਸੀ। ਤੁਸੀਂ ਆਮ ਗੱਲ ਸੁਣੀ ਹੋਵੇਗੀ, ਇਹ ਕਿਸੇ ਪੰਜਾਬੀ ਸਰੋਤ ਨੇ ਨਹੀਂ ਲਿਖੀ, ਸਭ ਤੋਂ ਪਹਿਲਾਂ ਇੱਕ ਅੰਗਰੇਜ਼ੀ ਵਿਦਵਾਨ ਨੇ ਇਹ ਗੱਲ ਲਿਖੀ ਹੈ, ਉਸਨੇ ਕਵਿਤਾ ਦੇ ਵਿੱਚ ਲਿਖੀ ਸੀ। ਉਹ ਰਹਿਣ ਵਾਲਾ ਫਰਾਂਸ ਦਾ ਸੀ, ਉਹ ਜਿਹੜਾ ਲਿਖਾਰੀ ਹੈ, ਉਸ ਫਰਾਂਸ ਦੇ ਲਿਖਾਰੀ ਨੇ ਸਭ ਤੋਂ ਪਹਿਲਾਂ ਇਹ ਗੱਲ ਲਿਖੀ ਸੀ ਕਿ ਜਦੋਂ ਮੈਂ ਫਰੰਟੀਅਰ ਦੇ ਉਸ ਇਲਾਕੇ ਦੇ ਵਿੱਚ ਗਿਆ ਨਾ ਅਤੇ ਹਰੀ ਸਿੰਘ ਨਲੂਏ ਦੀ ਮੌਤ ਹੋਇਆ, ਕਹਿੰਦਾ 40 ਸਾਲ ਹੋ ਚੁੱਕੇ ਸੀ ਪਰ ਅਜੇ ਵੀ ਘਰ ਦੇ ਵਿੱਚ ਕੋਈ ਬੱਚਾ ਰੋਂਦਾ ਸੀ ਨਾ, ਅਤੇ ਪਠਾਣੀਆਂ ਕਹਿੰਦੀਆਂ ਸੀ ਚੁੱਪ ਛਾ ਹਰੀਆ ਰਾਂਗਲੇ, ਪੁੱਤ ਚੁੱਪ ਕਰ ਜਾ ਹਰੀ ਸਿੰਘ ਨਲੂਆ ਆ ਜਾਏਗਾ। ਕਹਿੰਦਾ ਉਹਦੀ ਮੌਤ ਤੋਂ 40 ਸਾਲ ਬਾਅਦ ਵੀ ਪਠਾਣੀਆਂ ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲੂਏ ਦੇ ਨਾਂ ਤੋਂ ਡਰਾਉਂਦੀਆਂ ਸੀ। ਇਹ ਫਰਾਂਸ ਦੇ ਲਿਖਾਰੀ ਨੇ ਗੱਲ ਲਿਖੀ ਹੈ, ਕਿਸੇ ਸਿੱਖ ਸਰੋਤ ਦੇ ਵਿੱਚ ਇਸਦਾ ਦਰਜ ਨਹੀਂ ਹੈਗਾ। ਸੋ ਜਦੋਂ ਉੱਥੋਂ ਦੇ ਪਠਾਣਾਂ ਨੂੰ ਪਤਾ ਲੱਗਾ ਕਿ ਹਰੀ ਸਿੰਘ ਲਲੂਏ ਨੇ ਇਸ ਇਲਾਕੇ 'ਤੇ ਕਬਜ਼ਾ ਕਰਕੇ ਕਿਲ੍ਹੇ ਦੀ ਤਾਮੀਰ ਕਰਨੀ ਸ਼ੁਰੂ ਕਰ ਦਿੱਤੀ ਹੈ, ਦੋ ਘਟਨਾਵਾਂ ਬੜੀਆਂ ਅਹਿਮ ਹੋਈਆਂ ਨੇ। ਸਰਦਾਰ ਪ੍ਰੇਮ ਸਿੰਘ ਹੋਤੀ ਮਰਦਾਨ ਹੋਣਾ ਨੇ ਬੜਾ ਪਿਆਰਾ ਜ਼ਿਕਰ ਕੀਤਾ ਇਸਦਾ। ਅੱਜ ਕੱਲ੍ਹ ਤਾਂ ਅਸੀਂ ਟੁੱਥ ਬ੍ਰਸ਼ ਕਰਦੇ ਹਾਂ, ਉਹਨਾਂ ਸਮੇਂ ਵਿੱਚ ਦਾਤਣੀ ਕੀਤੀ ਜਾਂਦੀ ਸੀ ਅਤੇ ਫਲਾਹ ਦੀ ਜਾਂ ਟਾਹਲੀ ਦੀ ਜਾਂ ਨਿੰਮ ਦੀ ਦਾਤਣ ਕੀਤੀ ਜਾਂਦੀ ਸੀ। ਉਸ ਇਲਾਕੇ ਦੇ ਵਿੱਚ ਨਿੰਮ ਔਰ ਟਾਹਲੀਆਂ ਨਹੀਂ ਹੈ, ਫਲਾਹ ਹੈ ਉੱਥੇ। ਉਹ ਲਿਖਦੇ ਨੇ ਕਿ ਸਵੇਰੇ ਸਵੇਰੇ ਹਰੀ ਸਿੰਘ ਨਲੂਆ ਆਮ ਕੱਪੜਿਆਂ ਦੇ ਵਿੱਚ ਫਲਾਹ ਦੀ ਦਾਤਣ ਕਰ ਰਿਹਾ ਸੀ ਅਤੇ ਕੋਲੋਂ ਦੀ ਇੱਕ ਪਠਾਣ ਲੰਘਿਆ, ਪਠਾਣ ਜਰਨੈਲ। ਉਹ ਕਹਿੰਦਾ ਉਸਦੇ ਕੋਲ ਰੁਕਿਆ, ਕਹਿੰਦਾ ਉਹ ਸਿੱਖਾ, ਕਹਿੰਦਾ ਤੈਨੂੰ ਡਰ ਨਹੀਂ ਆਉਂਦਾ, ਤੂੰ ਮੂੰਹ ਦੇ ਵਿੱਚ ਦਾਤਣ ਪਾ ਕੇ ਬਿਨਾਂ ਹਥਿਆਰਾਂ ਤੋਂ ਪਠਾਣਾਂ ਦੇ ਇਲਾਕੇ 'ਚ ਤੁਰਿਆ ਫਿਰ ਰਿਹਾ, ਤੈਨੂੰ ਡਰ ਨਹੀਂ ਆਉਂਦਾ? ਕਹਿੰਦਾ ਨਹੀਂ, ਗੁਰੂ ਗੋਬਿੰਦ ਸਿੰਘ ਮੇਰੇ ਨਾਲ ਹੈ, ਮੈਨੂੰ ਬਿਲਕੁਲ ਡਰ ਨਹੀਂ ਆਉਂਦਾ। ਕਹਿੰਦਾ ਜੇ ਕਿਤੇ ਇੰਨਾ ਹੀ ਬਹਾਦਰ ਹੈ ਤਾਂ ਆ ਮੇਰੇ ਪਿੰਡ ਦੇ ਵਿੱਚ ਮੇਰੇ ਨਾਲ ਸ਼ਮਸ਼ੀਰਬਾਜ਼ੀ ਕਰਕੇ ਵੇਖ, ਮੇਰੇ ਨਾਲ ਤਲਵਾਰਬਾਜ਼ੀ ਕਰਕੇ ਵੇਖ, ਮੈਂ ਇਕਰਾਰ ਕਰਦਾ ਕਿ ਮੇਰੇ ਪਿੰਡ ਵਿੱਚ ਤੇਰੇ 'ਤੇ ਹਮਲਾ ਨਹੀਂ ਕੀਤਾ ਜਾਊਗਾ। ਉਸ ਨੂੰ ਪਤਾ ਹੀ ਨਹੀਂ ਸੀ ਕਿ ਹਰੀ ਸਿੰਘ ਨਲੂਆ ਹੈ, ਉਹਨੇ ਸੋਚਿਆ ਆਮ ਸਿੱਖ ਹੈ, ਉਸ ਨੂੰ ਆਪਣੇ ਪਿੰਡ ਲੈ ਗਿਆ ਅਤੇ ਹਰੀ ਸਿੰਘ ਨਲੂਆ ਵੀ ਚਲਾ ਗਿਆ। ਉਹ ਆਪਣੇ ਘਰੋਂ ਦੋ ਸ਼ਮਸ਼ੀਰਾਂ ਲੈ ਕੇ ਆਇਆ, ਦੋ ਢਾਲਾਂ ਲੈ ਕੇ ਆਇਆ, ਇੱਕ ਹਰੀ ਸਿੰਘ ਨੂੰ ਫੜਾ ਦਿੱਤੀ, ਇੱਕ ਉਸਨੇ ਆਪ ਫੜ ਲਈ, ਕਹਿੰਦਾ ਮੇਰੇ ਨਾਲ ਮੁਕਾਬਲਾ ਕਰ। ਹਰੀ ਸਿੰਘ ਨਲੂਏ ਨੇ ਕਿਹਾ, ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਅਤੇ ਸਾਡੇ ਗੁਰੂ ਨੇ ਇੱਕ ਅਸੂਲ ਸਾਨੂੰ ਬਖਸ਼ਿਆ ਕਿ ਅਸੀਂ ਪਹਿਲਾਂ ਦੁਸ਼ਮਣ 'ਤੇ ਵਾਰ ਨਹੀਂ ਕਰਦੇ, ਤੂੰ ਵਾਰ ਕਰ। ਉਸਨੇ 3 ਵਾਰ ਕੀਤੇ, ਹਰੀ ਸਿੰਘ ਨਲੂਏ ਨੇ ਡੱਕ ਲਏ। ਜਦੋਂ ਹਰੀ ਸਿੰਘ ਨਲੂਏ ਨੇ 4th ਵਾਰ ਕੀਤਾ ਅਤੇ ਉਹਦੀ ਸੰਜੋ ਨੂੰ ਚੀਰਦਾ ਹੋਇਆ ਛਾਤੀ 'ਚ ਵੱਜਾ ਅਤੇ ਪਠਾਣ ਜ਼ਮੀਨ 'ਤੇ ਡਿੱਗ ਪਿਆ। ਜਦੋਂ ਜ਼ਮੀਨ 'ਤੇ ਡਿੱਗ ਪਿਆ ਫਿਰ ਹਰੀ ਸਿੰਘ ਨੇ ਕੀ ਕੀਤਾ, ਉਸੇ ਵੇਲੇ ਆਪਣੇ ਸਿਰ ਦੀ ਦਸਤਾਰ ਉਟਾਈ ਅਤੇ ਉਸਦਾ ਫੱਟ ਬੰਨਣਾ ਸ਼ੁਰੂ ਕਰ ਦਿੱਤਾ। ਕਹਿੰਦਾ ਜਿੰਨਾ ਚਿਰ ਤੂੰ ਤਲਵਾਰਬਾਜ਼ ਸੀ ਨਾ ਉਨਾ ਚਿਰ ਮੇਰਾ ਦੁਸ਼ਮਣ ਸੀ, ਹੁਣ ਤੂੰ ਜ਼ਮੀਨ 'ਤੇ ਡਿੱਗਿਆ ਪਿਆ ਅਤੇ ਇਨਸਾਨੀਅਤ ਦੇ ਨਾਤੇ ਤੇਰਾ ਇਲਾਜ ਕਰਨਾ ਮੇਰਾ ਫਰਜ਼ ਹੈ। ਉਸ ਨੂੰ ਠੀਕ ਕਰਕੇ ਜਦੋਂ ਹਰੀ ਸਿੰਘ ਨਲੂਆ ਮੁੜਨ ਲੱਗਾ, ਉਹ ਪਠਾਣ ਵੀ ਬੜਾ ਬਹਾਦਰ ਸੀ, ਉਸਨੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਕਿਹਾ ਕਿ ਜਾਓ ਇਸ ਨੂੰ ਵਾਪਸ ਛੱਡ ਕੇ ਆਓ ਕਿਲ੍ਹੇ ਦੇ ਵਿੱਚ। ਅਤੇ ਜਦੋਂ ਕਿਲ੍ਹੇ ਦੇ ਵਿੱਚ ਉਹ ਛੱਡਣ ਆਏ ਅਤੇ ਜਦੋਂ ਸਾਰੀਆਂ ਸਿੱਖ ਫੌਜਾਂ ਨੇ ਹਰੀ ਸਿੰਘ ਨੂੰ ਆਉਂਦਿਆਂ ਵੇਖਿਆ ਅਤੇ ਜਰਨੈਲ ਕਹਿ ਕੇ ਫਤਿਹ ਬੁਲਾਈ ਅਤੇ ਪਠਾਣ ਹੈਰਾਨ ਹੋ ਗਏ ਕਿ ਸਿੱਖਾਂ ਦਾ ਜਰਨੈਲ ਅਤੇ ਹਰੀ ਸਿੰਘ ਨਲੂਆ ਸੀ, ਅਸੀਂ ਤਾਂ ਆਮ ਸਿੱਖ ਸਮਝ ਕੇ ਇਸ ਨੂੰ ਪਿੰਡ ਦੇ ਵਿੱਚ ਲੈ ਗਏ ਸੀ। ਪ੍ਰੇਮ ਸਿੰਘ ਕਹਿੰਦੇ ਨੇ, ਕਹਿੰਦੇ ਉਹ ਪਠਾਣ ਪਛਤਾਏ ਵੀ ਕਿ ਇਸ ਨੂੰ ਜਿੰਦਾ ਕਿਉਂ ਛੱਡਿਆ, ਇਸ ਨੂੰ ਤਾਂ ਉੱਥੇ ਕਤਲ ਕਰ ਦੇਣਾ ਚਾਹੀਦਾ ਸੀ, ਸਾਡੇ ਹੱਥ ਤਾਂ ਹਰੀ ਸਿੰਘ ਆਇਆ ਸੀ। ਪਰ ਕਹਿੰਦਾ ਹਰੀ ਸਿੰਘ ਦੀ ਦਲੇਰੀ ਵੇਖੋ ਕਿ ਦਾਤਣ ਕਰਦਾ ਹੀ ਦੁਸ਼ਮਣ ਦੇ ਪਿੰਡ ਦੇ ਵਿੱਚ ਚਲਾ ਗਿਆ। ਅਗਲੀ ਘਟਨਾ, ਸ਼ਮਸ਼ੂਦੀਨ ਦਾ ਫੌਜਦਾਰ ਨਾਸਰ ਖਾਨ, ਜਦੋਂ ਪਤਾ ਲੱਗਾ ਕਿ ਦਰਾਏ ਖੈਬਰ 'ਤੇ ਹਰੀ ਸਿੰਘ ਨਲੂਏ ਨੇ ਕਬਜ਼ਾ ਕਰ ਲਿਆ ਅਤੇ ਆਪਣੇ ਬੇਟੇ ਨਾਸਰ ਖਾਨ ਨੂੰ ਕਹਿੰਦਾ, ਬੇਟਾ ਜਲਦੀ ਸਮਾਨ ਚੁੱਕ, ਅਸੀਂ ਇਸ ਇਲਾਕੇ ਨੂੰ ਛੱਡ ਕੇ ਜਲਾਲਾਬਾਦ ਚਲੇ ਜਾਈਏ, ਮਤਾ ਹਰੀ ਸਿੰਘ ਨਲੂਆ ਕਿਤੇ ਸਾਡਾ ਨੁਕਸਾਨ ਨਾ ਕਰ ਦੇਵੇ। ਜਿਹੜਾ ਨਾਸਰ ਖਾਨ ਨੇ ਆਪਣੇ ਪੁੱਤਰ ਗੁਲਫਾਮ ਨੂੰ ਇਹ ਗੱਲ ਕਹੀ ਅਤੇ ਗੁਲਫਾਮ ਆਪਣੀ ਮੰਗੇਤਰ ਬਾਨੋ ਦੇ ਘਰ ਗਿਆ ਜਿਸ ਦੇ ਨਾਲ ਉਸਦਾ ਨਿਕਾਹ ਹੋਣਾ ਸੀ। ਕਹਿੰਦਾ ਬਾਨੋ ਚੱਲ ਛੇਤੀ,
इस शहर नूं छड़ के चले जाइए, क्योंकि पता लगा मेरे अबू जान ने दस्या कि हरी सिंह नलवा इस इलाके ते काबज़ हो गया, तो हुण असीं उस दे अगे मैदाने जंग च मुकाबला नहीं कर सकते, सानूं इलाका छड़ना पवेगा। तो बानो पता की कहिंदी है, कहिंदी गुलफाम तू तो कहिंदा सी मेरे बरशे दे अगे को काफ वर्गे पहाड़ भी डिग पैंदे ने, तू तो कहिंदा सी कि जदों मैं अपने कमान दे विच तीर नूं खिंचदा मेरे अगे कोई दुश्मन खड़ा नहीं हो सकता, अजे तो हरी सिंह आया ही नहीं, तू नाम ही सुनिया तो तू कह रहा शहर छड़ के चला जाइए, कित्थे गई तेरी दलेरी, कित्थे गई तेरी बहादरी, मैं ते तेरे नाल निकाह कराउण दे वास्ते हाँ ही इस करके कीती सी कि मैनू दस्या गया सी कि तू दरा खैबर दे सारे पठाणा चो बहादुर च रह ले, इन्ना डरपोक है। कहिंदा नहीं बनो, गल करन दा वक्त नहीं है, चल छेती जाके कितें लुक जाइए। एक पहाड़ दी कंधर दे विच, उस इलाके दे विच पहाड़ी गुफा बहुत ने, अजे भी पठान उन्हां गुफा दे विच बहुत रहिंदे ने, जिन्ना भी उन्होंने उत्थे हुण भी अमरीकी फौज का मुकाबला किया उन्हें पहाड़ी कंधरां दे विचों किया। एक कंधर दे विच लुके बैठे ने, ते बानो अपने मंगेतर गुलफाम नूं सवाल करदी है, कहिंदी है कि इह किहड़ा जरनैल है जिस तों तुसीं इन्ने डरदे हो? कहिंदा सिखां दा जरनैल हरी सिंह नलूआ है। कहिंदी मैं वेखना चाहुंदी कि जरनैल है किहड़ा? कहिंदा बानो पराई कौम का सरदार है, तू उस नूं वेखण वास्ते ना जा। जिस तरह का मनुख आप हुंदा है ना, दूसरे के बारे उसकी प्रडिक्शन बिल्कुल उस तरह की हुंदी है। कहिंदा दुश्मन है, तैनू घेर लवेगा, तेरी इज्जत लुट लवेगा, तू उत्थे ना जा। तो बानो ने जवाब पता की दिता है, कहिंदी चाहे जावे इज्जत ते चाहे जावे जान, पर मैं वो जरनैल जरूर वेखना है जिस तों तुसीं डरदे हो। तुसीं अपने आप नूं बड़े बहादुर समझदे हो ना, मैं वो जरनैल जरूर वेखना जिस तों तुसीं डरदे हो। चली गई अपने मंगेतर दा हाथ चढ़ा के जिथे हरी सिंह नलूआ किला तैयार कर रहे सी। किले दे बाहर शमियाना लगा होया सी, शाम दा समा, किले दे उस शमियाने दे बाहर, शमियाने च छोटे जे टेंट दे अंदर दाखिल होई, अंदर वेख्या कि कौम दा जरनैल हरी सिंह नलूआ 42 साल की उम्र, 86 साल की उम्र शहीद हो गए। 42 साल की उम्र जदों उन्होंने वो इलाका पहली बार फतेह किया, जाके खड़ी हो गई। हरी सिंह नलूए ने अपना रहरा साहब के पाठ की समाप्ति तो बाद नेत्र खोले, तो नेत्र खोल के पूछया, आ बेटा किस काम आई है? कहिंदी मेरा एक सवाल है, तुसी कौन हो? हरी सिंह नलूआ कहिंदा असी गुरु नानक दे सिख हाँ। उस पठान की बच्ची ने दूजा सवाल किया, कहिंदी तुसी साडे इलाके ते कब्जा क्यों किया? हरी सिंह नलूए ने जवाब दिता, बेटा असी किसी के इलाके ते कब्जा नहीं किया, असी तो अपने घर की रक्षा की है। उस जवाब तो इन्नी प्रभावित हुई जो हरी सिंह नलूए की डील डाल वखी, तो पता की कहती है, कहती मैं प्रण किया कि मैं किसी बहादुर के नाल निकाह करना है, किसी बहादुर के नाल विआह करना है, वह सिखा दिया जरनैला, मैं चाहनी हाँ मेरी कुख के विचों तेरे वर्गा पुत्र जन्म दे। हरी सिंह नलूए ने जवाब दिता, बेटा पुत्र चाहे किहो जिहा भी होवे, अपने खुदाबंद करीम दे अगे दुआ करिया करके पुत्र चंगे असूलों का मालिक हो। शकल की कोई अहमियत नहीं होंगी, असूलों की अहमियत होंगी है। कहती नहीं, सिखा दिया जरनैला तू समझिया नहीं, मैं चाहनी हाँ तू मेरे नाल निकाह कर लवे तो मेरी कुख के विचों तेरा पुत्र जन्म लवे। उदों तक सरदार हरी सिंह नलूए का विआह भी हो चुका सी, दो पुत्र भी सन, सरदार अर्जन सिंह, सरदार जवाहर सिंह, एक बेटी भी सी नंद कौर, बहुत छोटी उम्र की। हरी सिंह नलूए ने कहा कि मैं व्याया होया हाँ, तो मेरे गुरु का हुक्म है कि पर त्रिया रूप ना पेखे नेत्र, मैं तो इंज सोच भी नहीं सकता तू यह की सोच के मेरे शमियाने के आ गई है। कहती सिखा दिया जरनैला यह गल नहीं, चाहे तेरा पहला विआह होया भी है, पर मैं चाहनी हाँ कि तू मेरे नाल निकाह कर ले, मेरी कुख चो तेरा पुत्र जन्म लवे। हरी सिंह नलूआ जोश के आया, नेड़े पई शमशीर ते हाथ चला गया, तो गुस्से दे विच कहिंदे ने पठान दी बच्ची है मेरे शमियाने चो बाहर चली जा, तू एक सिख दे इखलाक नूं परखण वास्ते आई है। वापस जांदी होई वो बच्ची अखां दे विच हंजू ने शमियाने दे दरवाजे ते रुकी, तो झोली अड के कहिंदी है, सिखां दे जरनैला मैं ते सुनिया सी कि गुरु नानक दे दर तो कोई खाली नहीं गया, तो अज एक पठाणा की बच्ची गुरु नानक दे जरनैल दे दर तो खाली जा रही है। हरी सिंह नलूआ कहिंदा रुक जा। रुक गई, कहिंदा तेरा नाम की है? कहिंदी बानो। अपने कोल पई एक चादर नूं उहदे सिर दे उपर रख के हाथ जोड़ के सामने खड़ा हो गया। कहिंदा बानो तू चाहुंदी सी ना तेरे घर दे विच हरी सिंह नलूए वर्गा पुत्र जन्म लवे, अज तो तू मेरी धर्म की माता ते हरी सिंह नलूआ ही तेरा पुत्र है। यह इस कौम का जरनैल सी, उस कौम के जरनैल का इखलाक सी। उस समय हरी सिंह नलूए की उम्र 42 साल तो उपर सी, ते जिसनूं माता कह के संबोधन कर रहा 19-20 साल की लड़की सी।
ਇਹ ਉਸ ਕੌਮ ਦਾ ਜਿਹੜਾ ਜਰਨੈਲ ਸੀ ਸਾਡਾ, ਇਹ ਉਹਦਾ ਇਖਲਾਕ ਸੀ, ਇਹ ਉਹਦਾ ਕਰੈਕਟਰ ਸੀ। ਖੈਰ ਹਰੀ ਸਿੰਘ ਰਲਵਾ ਉਸ ਇਲਾਕੇ ਨੂੰ ਕਿਲ੍ਹਾ ਬਣਾਉਣ ਤੋਂ ਬਾਅਦ ਉੱਥੇ ਸਰਦਾਰ ਮਾਨ ਸਿੰਘ ਨੂੰ ਤੈਨਾਤ ਕੀਤਾ। ਸਰਦਾਰ ਮਾਨ ਸਿੰਘ ਨੂੰ 800 ਪੈਦਲ, 200 ਘੋੜਸਵਾਰ, 10 ਵੱਡੀਆਂ ਤੋਪਾਂ, 12 ਛੋਟੀਆਂ ਤੋਪਾਂ ਔਰ 80 ਤੋਪਚੀ ਦੇ ਕੇ ਹਰੀ ਸਿੰਘ ਨਲੂਆ ਵਾਪਸ ਪਿਸ਼ਾਵਰ ਕਿਲ੍ਹੇ ਦੇ ਵਿੱਚ ਆ ਗਿਆ। ਪਿਸ਼ਾਵਰ ਕਿਲ੍ਹੇ ਦੇ ਵਿੱਚ ਉਦੋਂ ਉਹ ਸਮਾਂ ਆ ਗਿਆ ਜਦੋਂ ਕੰਵਰ ਨੌ ਨਿਹਾਲ ਸਿੰਘ ਦਾ ਵਿਆਹ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਨੌ ਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਅਟਾਰੀ ਦੀ ਬੇਟੀ ਬੀਬੀ ਨਾਨਕੀ ਦੇ ਨਾਲ ਕਰਨਾ ਸੀ ਅਤੇ ਬੜੀ ਧੂਮਧਾਮ ਦੇ ਨਾਲ ਕਰਨਾ ਸੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਜਿੱਥੇ ਜਿੱਥੇ ਵੀ ਕਿਲ੍ਹਿਆਂ ਦੇ ਵਿੱਚ ਸਿੱਖ ਫੌਜ ਬੈਠੀ ਸੀ ਸਾਰੀ ਨੂੰ ਇਹ ਸੱਦੇ ਭੇਜ ਦਿੱਤੇ ਕਿ ਸਾਰੀ ਸਿੱਖ ਫੌਜ ਤਕਰੀਬਨ 75% ਫੌਜ ਜਿਹੜੀ ਹੈ, 25% ਫੌਜ ਜਿਹੜੀ ਉਹ ਰੱਖਿਆ ਵਾਸਤੇ ਕਿਲ੍ਹਿਆਂ ਦੇ ਵਿੱਚ ਰਹਿ ਜਾਵੇ ਅਤੇ ਬਾਕੀ ਸਾਰੀ ਫੌਜ ਲਾਹੌਰ ਆ ਜਾਵੇ। ਸਾਰੀ ਫੌਜ ਲਾਹੌਰ ਆ ਗਈ ਅਤੇ ਉਸ ਪਿਸ਼ਾਵਰ ਦੇ ਕਿਲ੍ਹੇ ਦੇ ਵਿੱਚ 25,000 ਫੌਜ ਸੀ ਜਿਹਦੇ ਵਿੱਚੋਂ 15,000 ਫੌਜ ਲੈ ਕੇ ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਵੀ ਲਾਹੌਰ ਵਿਆਹ ਦੇ ਵਿੱਚ ਆ ਗਏ। ਸਾਰੀ ਫੌਜ ਇੱਥੇ ਇਕੱਠੀ ਹੋ ਗਈ, ਸਾਰੇ ਸਰਦਾਰ ਇੱਥੇ ਨੇ ਅਤੇ ਉਸ ਸਮੇਂ ਇੱਕ ਅੰਗਰੇਜ਼ ਸੂਈਏ ਨੇ ਜਾ ਕੇ ਦੋਸਤ ਮੁਹੰਮਦ ਖਾਨ ਨੂੰ ਦੱਸਿਆ ਕਿ ਦੋਸਤ ਮੁਹੰਮਦ ਖਾਨ, ਜਿਸ ਹਰੀ ਸਿੰਘ ਨਲੂਏ ਨੇ ਅਟਕ ਨੂੰ ਫਤਿਹ ਕੀਤਾ ਸੀ, ਜਿਸ ਹਰੀ ਸਿੰਘ ਨਲੂਏ ਨੇ ਪਿਸ਼ਾਵਰ ਨੂੰ ਫਤਿਹ ਕੀਤਾ ਸੀ, ਜਿਸ ਨੇ ਫਰੰਟੀਅਰ ਅਤੇ ਹਜ਼ਰੋਂ ਦਾ ਇਲਾਕਾ ਫਤਿਹ ਕੀਤਾ ਸੀ, ਜਿਹਨੇ ਸਾਡੇ ਕੋਲ ਜਬਰੌਦ ਲੈ ਲਿਆ, ਜਿਹਦੀ ਹੁਣ ਅੱਖ ਜਲਾਲਾਬਾਦ ਦੇ ਉੱਪਰ ਹੈ, ਅੱਜ ਉਹ ਹਰੀ ਸਿੰਘ ਨਲੂਆ ਅਤੇ ਉਹਦੇ ਸਿੱਖ ਬੜੀਆਂ ਥੋੜ੍ਹੀਆਂ ਫੌਜਾਂ ਦੇ ਨਾਲ ਜਮਰਾਤ ਦੇ ਕਿਲ੍ਹੇ ਦੇ ਵਿੱਚ ਨੇ। ਜੇਕਰ ਹੋਰ ਹਮਲਾ ਕੀਤਾ ਜਾਵੇ ਤਾਂ ਜਮਰੌਤ ਦੇ ਕਿਲ੍ਹੇ ਨੂੰ ਵਾਪਸ ਲਿਆ ਜਾ ਸਕਦਾ ਹੈ, ਕਿਉਂਕਿ ਸਾਰੀ ਸਿੱਖ ਫੌਜ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਲਾਹੌਰ ਗਈ ਹੋਈ ਹੈ। ਉਸੇ ਵੇਲੇ ਦੋਸਤ ਮੁਹੰਮਦ ਖਾਨ ਨੇ ਆਪਣੇ 5 ਪੁੱਤਰ ਅਜ਼ਮਲ ਖਾਨ, ਅਕਬਰ ਖਾਨ, ਅਫਜ਼ਲ ਖਾਨ, ਆਜ਼ਮ ਖਾਨ ਅਤੇ ਗੁਲਾਮ ਹੈਦਰ ਖਾਨ, ਇਹਨਾਂ ਆਪਣੇ 5 ਪੁੱਤਰਾਂ ਨੂੰ ਆਪਣੇ ਸਾਹਮਣੇ ਖੜ੍ਹਾ ਕੀਤਾ ਅਤੇ ਉਸੇ ਸਮੇਂ ਸ਼ਾਹੀ ਕਾਜ਼ੀ ਨੇ ਜਿਹਾਦ ਦਾ ਫਤਵਾ ਜਾਰੀ ਕਰ ਦਿੱਤਾ ਕਿ ਅਸੀਂ ਹੁਣ ਜਿਹੜਾ ਇਲਾਕਾ ਸਿੱਖਾਂ ਨੇ ਜਿੱਤਿਆ ਸੀ ਉਸ ਨੂੰ ਜਿੱਤਣ ਦੇ ਵਾਸਤੇ ਅਸੀਂ ਜਮਰੌਤ ਦੇ ਉੱਪਰ ਹਮਲਾ ਕਰਨਾ ਹੈ। ਤਕਰੀਬਨ 50,000 ਜਵਾਨ ਇਕੱਠਾ ਹੋ ਗਿਆ। ਉਹਦੇ ਤੋਂ ਇਲਾਵਾ ਸ਼ਮਸ਼ੂਦੀਨ ਅਤੇ ਸ਼ਮੀ ਖਾਨ, ਇਹ ਉਸ ਵੇਲੇ ਦੇ ਮੰਨੇ ਹੋਏ ਪਠਾਨ ਸੀ, ਇਹ ਵੀ ਆਪਣੀ ਫੌਜ ਦੇ ਨਾਲ ਸ਼ਾਮਲ ਹੋ ਗਏ ਅਤੇ ਇਹਨਾਂ ਨੇ 15 ਅਪ੍ਰੈਲ 1837 ਨੂੰ ਕਾਬਲ ਦੇ ਕੋਲੋਂ ਜਲਾਲਾਬਾਦ ਨੂੰ ਚਲਾਣਾ ਕੀਤਾ ਅਤੇ 28 ਅਪ੍ਰੈਲ 1837 ਨੂੰ ਆ ਕੇ ਇਹਨਾਂ ਇਸ ਕਿਲ੍ਹੇ ਨੂੰ ਘੇਰਾ ਪਾ ਲਿਆ। ਕਿਲ੍ਹੇ ਦੇ ਵਿੱਚ ਸਰਦਾਰ ਮਾਨ ਸਿੰਘ ਦੇ ਕੋਲ 8,000 ਪੈਦਲ ਅਤੇ 2,000 ਘੋੜਸਵਾਰ, ਇਹਨਾਂ ਸਾਰੀਆਂ ਉੱਚੀਆਂ ਪਹਾੜੀਆਂ ਦੇ ਉੱਪਰ ਤੋਪਾਂ ਬੀੜ ਕੇ ਕਿਲ੍ਹੇ ਦੇ ਉੱਪਰ ਗੋਲੇ ਭਰਾਉਣੇ ਸ਼ੁਰੂ ਕਰ ਦਿੱਤੇ। ਉੱਧਰੋਂ ਸਰਦਾਰ ਮਹਾਂ ਸਿੰਘ ਆਪਣੇ ਜਰਨੈਲਾਂ ਨੂੰ ਲੈ ਕੇ ਬਾਹਰ ਨਿਕਲਿਆ। ਸ਼ਮੀ ਖਾਨ ਦੇ ਨਾਲ ਸਾਰੀ 28 ਤਰੀਕ ਨੂੰ ਲੜਾਈ ਹੁੰਦੀ ਰਹੀ। ਉਸ ਲੜਾਈ ਦੇ ਦੌਰਾਨ ਬਹੁਤ ਸਾਰੀਆਂ ਤੋਪਾਂ ਦੇ ਗੋਲੇ ਵੱਜਣ ਦੇ ਨਾਲ ਜਮਰੌਦ ਦੇ ਕਿਲ੍ਹੇ ਦੀ ਕੰਧ ਦੇ ਵਿੱਚ ਪਾੜ ਪੈ ਗਿਆ ਅਤੇ ਦੋਸਤ ਮੁਹੰਮਦ ਖਾਨ ਦਾ ਬੇਟਾ ਸ਼ਮੀ ਖਾਨ ਨੂੰ ਕਹਿੰਦਾ, ਅਕਬਰ ਖਾਨ ਕਹਿੰਦਾ ਕਿ ਮੈਂ ਕਿਲ੍ਹੇ ਦੇ ਪਾੜ ਦੇ ਵਿੱਚੋਂ ਅੰਦਰ ਜਾਵਾਂ। ਸ਼ਮੀ ਖਾਨ ਦੋਸਤ ਮੁਹੰਮਦ ਖਾਨ ਦੇ ਨਾਲ 3 ਵਾਰੀ ਸਿੱਖਾਂ ਦੇ ਹੱਥ ਵੇਖ ਚੁੱਕਿਆ ਸੀ। ਉਹਨੇ ਜਿਹੜੇ ਸ਼ਬਦ ਕਹੇ ਨੇ ਬੜੇ ਅਹਿਮ ਨੇ। ਕਹਿੰਦਾ ਅਕਬਰ ਖਾਨ, ਕਹਿੰਦਾ ਸ਼ੇਰ ਦੀ ਗੁਫਾ ਦੇ ਵਿੱਚ ਜਾਣ ਦਾ ਹੌਸਲਾ ਨਹੀਂ ਕਰੀਦਾ। ਬੇਸ਼ੱਕ ਕਿਲ੍ਹੇ 'ਚ ਪਾੜ ਪੈ ਗਿਆ ਨਾ ਅਤੇ ਅੰਦਰ ਮਾਨ ਸਿੰਘ ਵਰਗਾ ਸ਼ੇਰ ਬੈਠਾ। ਕਹਿੰਦਾ ਸਿੱਖ ਨੂੰ ਤਾਂ ਮਰੇ ਨੂੰ 7 ਦਿਨ ਹੋ ਗਏ ਹੋਣ ਨਾ ਅਤੇ ਇਹਦੇ ਸਿਰਹਾਣੇ ਖਲੋ ਕੇ ਕੋਈ ਵੰਗਾਰੇ ਅਤੇ ਇਹ ਮਰਿਆ ਹੋਇਆ ਵੀ ਉੱਠ ਪੈਂਦਾ, ਤੂੰ ਜਿਉਂਦੇ ਮਾਨ ਸਿੰਘ ਦੇ ਵੱਲ ਜਾਣਾ ਚਾਹੁੰਦਾ? ਕਹਿੰਦਾ ਇਹ ਹਿੰਮਤ ਨਾ ਕਰ, ਕਿਲ੍ਹੇ ਨੂੰ ਘੇਰਾ ਪਾ ਲਾ ਅਤੇ ਅਸੀਂ ਉੱਥੇ ਰਾਸ਼ਨ ਪਾਣੀ ਜਾਣਾ ਬੰਦ ਕਰ ਦੇਵਾਂਗੇ, ਆਪੇ 3 ਦਿਨਾਂ ਬਾਅਦ ਭੁੱਖੇ ਭਾਣੇ ਜਿਹੜੇ ਸਿੱਖ ਹੈ ਮੈਦਾਨੇ ਜੰਗ 'ਚ ਆ ਕੇ ਲੜਨਗੇ ਅਤੇ ਅਸੀਂ ਇਹਨਾਂ ਨੂੰ ਕਤਲ ਕਰਕੇ ਕਿਲ੍ਹੇ ਨੂੰ ਫਤਿਹ ਕਰ ਲਵਾਂਗੇ। ਉਹ 29 ਅਪ੍ਰੈਲ ਦੀ ਰਾਤ ਸ਼ੁਰੂ ਹੋ ਗਈ। 29 ਅਪ੍ਰੈਲ ਨੂੰ ਸਰਦਾਰ ਮਾਨ ਸਿੰਘ ਨੇ ਜਿੰਨੇ 300 ਤੋਂ ਵੱਧ ਸਿੱਖ ਸ਼ਹੀਦ ਹੋ ਚੁੱਕੇ ਸੀ, ਜਿਹੜੇ 700 ਰਹਿ ਗਏ ਸੀ ਉਹਨਾਂ ਨੂੰ ਇਕੱਠੇ ਕੀਤਾ। ਉਹਨਾਂ ਨੂੰ ਇਕੱਠੇ ਕਰਕੇ ਕਹਿੰਦਾ ਕਿ ਇਹ ਕਿਲ੍ਹਾ ਜਿਹੜਾ ਇਹ ਪੰਜਾਬ ਦਾ ਦਰਵਾਜ਼ਾ ਸੀ ਜਿਸ ਨੂੰ ਅਸੀਂ ਬੰਦ ਕੀਤਾ। ਇਸ ਇਲਾਕੇ ਦੇ ਉੱਪਰ ਹਰੀ ਸਿੰਘ ਨਲੂਏ ਦੇ ਨਾਲ ਦੇ ਜਰਨੈਲਾਂ ਨੇ ਆਪਣਾ ਖੂਨ ਡੋਲਿਆ। ਜੇਕਰ ਇਹ ਕਿਲ੍ਹਾ ਸਾਡੇ ਹੱਥੋਂ ਜਾਂਦਾ ਰਿਹਾ ਤਾਂ ਮਾਫ਼ ਕਰਨਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਜਿਹੜੀਆਂ ਨੇ ਉਹ ਫਿਰ ਸੁਕੜ ਕੇ ਰਹਿ ਜਾਣਗੀਆਂ। ਅੱਜ ਤੁਹਾਨੂੰ ਉਹ ਦਿਹਾੜਾ ਯਾਦ ਕਰਨ ਦੀ ਲੋੜ ਹੈ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 40 ਦੇ ਨਾਲ 10 ਲੱਖ ਦਾ ਮੁਕਾਬਲਾ ਕੀਤਾ ਸੀ। ਅੱਜ ਸਾਡੀ ਗਿਣਤੀ 700 ਰਹਿ ਗਈ ਹੈ, ਸਾਡੇ ਸਾਹਮਣੇ 50,000 ਤੋਂ ਵੱਧ ਮੁਲਖਈਆ ਹੈ, ਅਸੀਂ ਉਹਨਾਂ ਦਾ ਮੁਕਾਬਲਾ ਕਰਨਾ ਹੈ। ਪਰ ਇਸ ਮੌਕੇ ਜੇਕਰ ਹਰੀ ਸਿੰਘ ਨਲੂਏ ਨੂੰ ਖਬਰ ਦਿੱਤੀ ਜਾਵੇ ਅਤੇ ਜੇ ਕਿਤੇ ਉਹ ਆਪਣੀਆਂ ਫੌਜਾਂ ਲੈ ਕੇ ਪਹੁੰਚ ਜਾਵੇ ਤਾਂ ਅਸੀਂ ਇਸ ਇਲਾਕੇ ਨੂੰ ਫਤਿਹ ਕਰਨ ਤੋਂ ਬਚਾ ਸਕਦੇ ਹਾਂ। ਹੁਣ ਹਰੀ ਸਿੰਘ ਨਲੂਏ ਤੱਕ ਜਾਵੇ ਕਿਹੜਾ? ਅਨੇਕਾਂ ਸਿੱਖਾਂ ਨੇ ਪੇਸ਼ਕਸ਼ ਕੀਤੀ, ਅਖੀਰ ਉਹੀ ਬੀਬੀ ਹਰਸ਼ਰਨ ਕੌਰ ਜਿਹੜੀ ਕਿਲ੍ਹੇ ਦੇ ਵਿੱਚ ਸੀ, ਉਸਨੇ ਕਿਹਾ ਕਿ ਹਰੀ ਸਿੰਘ ਨਲੂਏ ਤੱਕ ਸੁਨੇਹਾ ਲੈ ਕੇ ਮੈਂ ਜਾਊਂਗੀ। ਸਰਦਾਰ ਮਾਨ ਸਿੰਘ ਨੇ 15-17 ਦੀ ਬੜੀ ਪਿਆਰੀ ਚਿੱਠੀ ਲਿਖੀ।
उसने उस चिट्ठी दे विच लिखिया जरनैल हरी सिंह जी असी जिन्ना चिर तक साडी जान है इस किले की हिफाजत करांगे जो गुरु गोबिंद सिंह महाराज ने सानू असूल ते दृढ़ता बख्शिश कीती सी उहदे मुताबक जिन्ना चिर एक भी सिख दे शरीर दे विच प्राण ने वह इस किले दे विच दुश्मन नू पैर नहीं धरन देवेगा पर साडी मौत तो बाद जेकर दुश्मन किले दे विच शामिल हुंदा है दाखल हुंदा है तो उस नू साडी कायरता ना समझिया जावे जिन्ना चिर जिउंदे आ उन्ना चिर पैर नहीं पाउण देवांगे पर सानू पता है कि तुसीं बीमार हो जे तुसीं आ सकदे हो तो इस किले की अजमत इस दी शान नू दुबारा खालसाई शान का प्रतीक समझ के बचाया जा सकता है। यह चिट्ठी बीबी हरशरण कौर नूं दित्ती गई। बीबी हरशरण कौर जदों किले चों निकल लगी जे असीं क्रो फ्लाई वेखी जे सीधे तौर पर वेख्या जाए तो जमरौत के किले तो 9.5 मील है पेशावर का किला जिथे हरी सिंह नलूआ सी। हुण बीबी सही सलामत पहुँच गई है जां चिट्ठी हरी सिंह नलूए नूं पहुँच गई है ये वास्ते भी एक तरीका मुकर्र किया गया। यह बीबी रात नूं निकली और उसने कहा कि जेकर यह चिट्ठी हरी सिंह नलूए तक पहुँच गई जदों भी मैं हरी सिंह नलूए की कोल पहुँचूंगी उदों वड्डी तोप का फायर किया जाएगा उस तोप की आवाज़ तुहानू आवेगी इहदा मतलब होगा कि चिट्ठी हरी सिंह नलूए तक पहुँच गई है पर जे उस तोप का फायर ना होया फिर तुसीं समझ लियो कि दुश्मनों ने मैनू घेर लिया तो मैं रस्ते दे विच मुकाबला करदी शहीद हो गई हाँ पर जे चिट्ठी पहुँच जाएगी फिर मैं पेशावर पहुँच के पेशावर के किले तो तोप का फायर करवा देवांगी। दिन चढ़ते अमृत वेले तक बीबी उत्थों निकली किले के विचों बचदी बचाउंदी भेस बदल के निकली अखीर हरी सिंह नलूए तक पहुँची जाके पेशावर की तोप का फायर किया गया। अंदरले सिंघां नूं पता लग गया कि हरी सिंह नलूए तक खबर पहुँच चुकी है। हरी सिंह नलूए के कोल उस वेले 25 तोपां जिन्हां चों 15 वड्डियां ते 10 छोटियां तोपां उहदे तों अलावा 3000 घोड़सवार ते 7000 पैदल फौज सी। हरी सिंह नलूए ने उस वेले उस फौज नूं लिया तो 29 की रात में ही उत्थों कूच कर दिता। रस्ते दे विच विश्राम करके सवेरे दिन चढ़ते 30 अप्रैल में हरी सिंह नलूआ जिहड़ा सी ओह दराए खैबर के जमरौत के किले के सामने मैदान दे विच आ गया। उस मैदाने जंग दे विच लड़ाई हुई। शमी खान, अकबर खान, अजमल खान, आजम खान ये जिन्ने भी बड़े वड्डे वड्डे जरनैल सी इन्हां सारिया ने किले नूं एक पासे तों घेरिया होया सी। हरी सिंह नलूए की फौज नूं घेरा पाउण की कोशिश की पर हरी सिंह नलूआ, सरदार अजैब सिंह रंधावा, सरदार निधान सिंह पंज हत्था, सरदार अमर सिंह मजीठिया ये इन्नी बहादुरी दे नाल लड़े कि इन्हां ने उस यूसुफ डई पठाना का घेरा तोड़ दिता। अखीर लड़द्या लड़द्या शमी खान जिहड़ा उन्हां दा जरनैल सी हरी सिंह नलूए दे सामने आ गया। जदों सरदार हरी सिंह नलूए दे सामने आया तो उस वेले सरदार हरी सिंह नलूए ने मंगारिया, शमी खान तू इस इलाके नूं फतेह करना चाहुंदा सी ना, अज कौम दा जरनैल हरी सिंह नलूआ तेरे सामने आ ते जिन्ने तू अपने चाल लाउणे चाहुंदा है ना कि हरी सिंह नलूए नूं मैदाने जंग दे विच कतल करके सुटना है तू अपनी तलवारबाजी कर सकदा है। शमी खान ने हरी सिंह नलूए दे उपर हमले किए, तलवार दे कई वार किए। हरी सिंह नलूए ने उन्हां तारां वारां दा बचा किया। अखीर एक ऐसा वार किया कि शमी खान की संजोल नूं पाड़दा होया उहदी छाती च लगा, शमी खान जमीन ते डिग पिया। जदों जमीन ते डिग पिया ते दोवें हथ जोड़ दिते ते हरी सिंह नलूए ने तलवार चुक ली। ये सिख दे असूल वेख लो उस जरनैल दे कि सब तो वड्डा दुश्मन जिहड़ा जहाद दे विच इह गल कह के आया सी कि मैं हरी सिंह नलूए का सिर वढ के लैके आऊँगा, अज हरी सिंह नलूए के थले डिगा पिया, दोवें हाथ जोड़े ने ते हरी सिंह नलूए ने उसते वार नहीं किया, उसके अंग रख्या सद के कहिंदा अपने जरनैल नूं चुक के लै जाओ, हरी सिंह नलूआ थले डिगे दे उपर वार नहीं करता। उसनूं जख्मी होए नूं वापस भेज दिता, जाके उह कंधर दे विच लुक गया। हरी सिंह नलूए ने शाम तक उस मैदाने जंग नूं फतेह कर दिता। जिहड़े उत्थों दे काबल ते जलालाबाद दे पठान सी, जिहड़े दोस्त मुहम्मद खान दे 5 पुत्रां दी अगवाई दे विच आए सी, उह सारे पिछे नूं भज गए ते उत्थे सरदार निधान सिंह ते सरदार अमर सिंह हुणां ने इतिहास च कह लईए ते गलती है, अज दे समें दे विच की मजबूरी होवेगी क्योंकि असीं उहनां हालातां नूं नहीं वेख्या की है, उहनां ने पिछे जांदे पठाणा दा पिछा कीता। पठाणा ने मुड़ के फिर हमला कर दिता। जदों हरी सिंह नलूए नूं पता लगा कि दोबारा पठाणा ने एक कंधर दे विच हमला कीता ते सरदार हरी सिंह नलूआ उन्हां दी मदद दे वास्ते गया ते जदों उन्हां दी मदद दे विच जा रहा सी रस्ते दे विच हरी सिंह नलूए नूं गोलियां लगियां। किताब बाहर एक पई है, उस किताब दे बाहर जदों तुसीं पढ़ोगे हरी सिंह नलूए दे जीवन दे बारे ते उहदे च लिखिया कि हरी सिंह नलूए दी छाती च गोलियां लगियां। तुसीं सारे बजुर्ग बैठे हो, घोड़सवार बंदे की छाती च गोली लगे तो वह पिछे नूं डिगदा है पर हरी सिंह नलूआ पिछे नूं नहीं डिगा। ज्ञानी ज्ञान सिंह की तवारी गुरु खालसा पढ़ के वेखियो, हरी सिंह नलूआ घोड़े की धौण के उपर डिगा, मतलब गोली पिछों लगी। और ये गल खुली
ਉਦੋਂ ਜਦੋਂ ਹਰੀ ਸਿੰਘ ਨਲੂਆ ਪਿਸ਼ਾਵਰ ਤੋਂ ਤੁਰਨ ਲੱਗਾ ਹੈ ਨਾ, ਉਹਨੇ ਰਣਜੀਤ ਸਿੰਘ ਨੂੰ ਇੱਕ ਚਿੱਠੀ ਭੇਜੀ ਸੀ ਕਿ ਰਣਜੀਤ ਸਿੰਘ ਜੀ, ਜੇ ਵਿਆਹ ਦੀਆਂ ਰਸਮਾਂ ਸੰਪੂਰਨ ਹੋ ਗਈਆਂ ਤਾਂ ਜਮਰੌਦ ਦਾ ਕਿਲ੍ਹਾ ਹੱਥੋਂ ਜਾ ਰਿਹਾ, ਆਪਣੀ ਫੌਜ ਨੂੰ ਤੁਸੀਂ ਜਮਰੌਦ ਵੱਲ ਭੇਜ ਦਿਓ। ਉਹ ਚਿੱਠੀ ਧਿਆਨ ਸਿੰਘ ਡੋਗਰੇ ਦੇ ਹੱਥ ਲੱਗੀ ਅਤੇ ਧਿਆਨ ਸਿੰਘ ਡੋਗਰੇ ਨੇ ਉਹ ਚਿੱਠੀ ਰਣਜੀਤ ਸਿੰਘ ਨੂੰ ਦਿੱਤੀ ਹੀ ਨਹੀਂ। ਇਸ ਕਰਕੇ ਲਾਹੌਰ ਦੀ ਫੌਜ ਉਹਨੋਂ ਰਹਿ ਗਈ ਅਤੇ ਜਿਹੜੀਆਂ ਹਰੀ ਸਿੰਘ ਨਲੂਏ ਦੇ ਗੋਲੀਆਂ ਵੱਜੀਆਂ ਉਹ ਪਿੱਠ ਦੇ ਵਿੱਚ ਮਰਾਰੀਆਂ ਗਈਆਂ। ਸਰਦਾਰ ਵਿਜੇ ਸਿੰਘ, ਇਹ ਡੋਗਰਾ ਸੀ, ਇਹ ਉਹ ਡੋਗਰਾ ਸੀ ਜਿਸਨੇ ਕੰਵਰ ਨੌ ਨਿਹਾਲ ਸਿੰਘ ਦੇ ਉੱਪਰ ਕਿਲ੍ਹੇ ਦਾ ਛੱਜਾ ਸੁੱਟਿਆ ਸੀ, ਉਹਨੇ ਬਾਅਦ ਦੇ ਵਿੱਚ ਮੰਨਿਆ ਵੀ ਕਿ ਹਰੀ ਸਿੰਘ ਨਲੂਏ ਨੂੰ ਅਸੀਂ ਫੌਜ ਦੇ ਵਿੱਚੋਂ ਹੀ ਪੈਸੇ ਦੇ ਕੇ ਮਰਵਾਇਆ ਹੈ। ਸੋ ਕੌਮ ਦੇ ਇਸ ਜਰਨੈਲ ਦੇ ਨਾਲ ਇਹ ਧੋਖਾ ਹੋਇਆ ਕਿ ਜਦੋਂ ਪਿੱਛੇ ਭੱਜ ਰਿਹਾ ਸੀ ਉਹਦੇ ਗੋਲੀਆਂ ਲੱਗੀਆਂ, ਦੋ ਛਾਤੀ ਦੇ ਵਿੱਚ ਨਹੀਂ ਲੱਗੀਆਂ, ਪਿੱਠ ਦੇ ਵਿੱਚ ਲੱਗੀਆਂ, ਉਹ ਘੋੜੇ ਦੀ ਧੌਣ ਦੇ ਉੱਪਰ ਡਿੱਗ ਪਿਆ ਅਤੇ ਉਸ ਵੇਲੇ ਉਹ ਜ਼ਖਮੀ ਹੋਇਆ ਜਿਹੜਾ ਜਰਨੈਲ ਸੀ। ਜੇਕਰ ਤੁਸੀਂ ਕਾਦਰ ਯਾਰ ਨੂੰ ਪੜ੍ਹੋ ਤਾਂ ਉੱਥੋਂ ਬੜਾ ਕਲੀਅਰ ਹੋ ਜਾਂਦਾ, ਕਹਿੰਦਾ ਨੂਨ ਨਿਕਲ ਚੱਲ ਹਵਾ 'ਚੋਂ ਘੋੜਿਆ ਹੋਏ, ਅੱਜ ਜ਼ਖਮੀ ਹੈ ਅਸਵਾਰ ਤੇਰਾ। ਇਹਦਾ ਮਤਲਬ ਕਿ ਹਰੀ ਸਿੰਘ ਨਲੂਆ ਘੋੜੇ ਤੋਂ ਨਹੀਂ ਡਿੱਗਾ ਬਲਕਿ ਜ਼ਖਮੀ ਹੋ ਕੇ ਘੋੜੇ ਦੇ ਉੱਪਰ ਹੀ ਮੁੱਧਾ ਹੋ ਗਿਆ। ਕਿਲ੍ਹੇ ਦੇ ਵਿੱਚ ਲਿਆਂਦਾ ਗਿਆ ਹਰੀ ਸਿੰਘ ਨਲੂਏ ਨੂੰ, ਬਹੁਤ ਜ਼ਿਆਦਾ ਖੂਨ ਵੱਗ ਚੁੱਕਾ ਸੀ। ਸਰਦਾਰ ਮਹਾਂ ਸਿੰਘ, ਬੀਬੀ ਹਰਸ਼ਰਨ ਕੌਰ, ਸਰਦਾਰ ਅਮਰ ਸਿੰਘ ਹੁਣੀ, ਅਜੈਬ ਸਿੰਘ ਰੰਧਾਵਾ ਸ਼ਹਾਦਤ ਪ੍ਰਾਪਤ ਕਰ ਚੁੱਕਾ ਸੀ, ਇਹ ਸਾਰੇ ਜਰਨੈਲ ਉਸਦੇ ਕੋਲ ਨੇ। ਆਖਰੀ ਸਮੇਂ ਦੇ ਵਿੱਚ ਹਰੀ ਸਿੰਘ ਨਲੂਏ ਨੇ ਸਾਰੇ ਜਰਨੈਲਾਂ ਨੂੰ ਇਕੱਠੇ ਕਰਕੇ ਇੱਕ ਛੋਟੀ ਜਿਹੀ ਤਕਰੀਰ ਕੀਤੀ ਹੈ। ਕਹਿੰਦਾ ਬੇਸ਼ੱਕ ਅਸੀਂ ਅੱਜ ਦੀ ਜੰਗ ਜਿੱਤ ਗਏ ਹਾਂ, ਬੇਸ਼ੱਕ ਅਸੀਂ ਅੱਜ ਮੈਦਾਨੇ ਜੰਗ ਦੇ ਵਿੱਚ ਫਤਿਹਯਾਬ ਹੋਏ ਹਾਂ, ਪਰ ਜਿੰਨੇ ਪਠਾਨ ਇਕੱਠੇ ਹੋਏ ਨੇ ਸਾਡੀ ਗਿਣਤੀ ਕੇਵਲ ਅਤੇ ਕੇਵਲ 6,000 ਰਹਿ ਗਈ ਹੈ, ਪਠਾਣਾਂ ਦੀ ਗਿਣਤੀ 40,000 ਤੋਂ ਉੱਪਰ ਹੈ। ਜੇਕਰ ਪਠਾਣਾਂ ਤੱਕ ਇਹ ਗੱਲ ਪਹੁੰਚ ਗਈ ਨਾ ਕਿ ਹਰੀ ਸਿੰਘ ਨਲੂਆ ਮਾਰਿਆ ਗਿਆ, ਹਰੀ ਸਿੰਘ ਨਲੂਆ ਸ਼ਹੀਦ ਹੋਇਆ, ਉਹ ਦੁਬਾਰਾ ਹਮਲਾ ਕਰਨਗੇ ਅਤੇ ਲਾਹੌਰ ਤੋਂ ਫੌਜ ਅਜੇ ਪਹੁੰਚੀ ਨਹੀਂ ਹੈ, ਜਿੰਨਾ ਚਿਰ ਤੱਕ ਲਾਹੌਰ ਤੋਂ ਫੌਜ ਨਹੀਂ ਆਉਂਦੀ ਤੁਸੀਂ ਮੇਰੀ ਮੌਤ ਦੀ ਖਬਰ ਨੂੰ ਛਪਾਉਣਾ। ਮੈਂ ਤਾਂ ਹੈਰਾਨ ਹੋ ਜਾਂਦਾ, ਅੱਜ ਤਾਂ ਨਿੱਕੀ ਜਿਹੀ ਗੱਲ ਵੀ ਸਾਡੇ ਢਿੱਡ 'ਚ ਨਹੀਂ ਰਹਿੰਦੀ, ਛੋਟੀ ਜਿਹੀ ਗੱਲ, ਇਹ ਕਿੰਨੀ ਵੱਡੀ ਗੱਲ ਸੀ ਕਿ ਉਸੇ ਹੀ ਰਾਤ 30 ਅਪ੍ਰੈਲ ਦੀ ਰਾਤ ਨੂੰ ਹਰੀ ਸਿੰਘ ਨਲੂਆ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ। ਉਹਨਾਂ ਸਮਿਆਂ ਦੇ ਮੁਤਾਬਕ ਉਸਦਾ ਪੇਟ ਸਾਫ਼ ਕੀਤਾ ਜਾਂਦਾ ਹੈ, ਉਹਨਾਂ ਸਮਿਆਂ ਦੇ ਵਿੱਚ ਲਾਸ਼ ਨੂੰ ਗਰਮੀ ਦੇ ਵਿੱਚ ਖਰਾਬ ਹੋਣ ਤੋਂ ਬਚਾਉਣ ਦੇ ਵਾਸਤੇ ਇੱਕ ਖਾਸ ਤੇਲ ਅਤੇ ਜੜੀ ਬੂਟੀਆਂ ਉਹਦੇ ਪੇਟ ਦੇ ਵਿੱਚ ਰੱਖ ਕੇ ਦੁਬਾਰਾ ਲਾਸ਼ ਨੂੰ ਸੀਵ ਦਿੱਤਾ ਜਾਂਦਾ ਹੈ ਅਤੇ 7 ਮਈ ਤੱਕ ਇਹ ਖਬਰ ਜਿਹੜੀ ਹੈ ਇਹ ਦੁਸ਼ਮਣ 'ਤੇ ਕੀ ਕਿਲ੍ਹੇ ਦੇ ਸਾਰੇ ਸਿੱਖਾਂ ਤੱਕ ਵੀ ਨਹੀਂ ਪਹੁੰਚਣ ਦਿੱਤੀ ਜਾਂਦੀ ਕਿ ਕੌਮ ਦਾ ਜਰਨੈਲ ਸ਼ਹੀਦ ਹੋ ਚੁੱਕਾ ਹੈ। ਇੱਥੋਂ ਤੱਕ ਕਿ ਗਿਆਨੀ ਗਿਆਨ ਸਿੰਘ ਲਿਖਦੇ ਨੇ 2 ਵਾਰੀ ਉਸਦੀ ਲਾਸ਼ ਨੂੰ ਕਿਲ੍ਹੇ ਦੇ ਉੱਪਰ ਬਿਠਾ ਕੇ ਸਾਰੇ ਕਿਲ੍ਹੇ ਦੀ ਫਸੀਲ ਦਾ ਗੇੜਾ ਕਢਾਇਆ ਗਿਆ ਕਿ ਦੁਸ਼ਮਣ ਵੇਖ ਲਵੇ ਕਿ ਕੌਮ ਦਾ ਜਰਨੈਲ ਹਰੀ ਸਿੰਘ ਅਜੇ ਵੀ ਜਿਉਂਦਾ ਹੈ। ਜਦੋਂ 7 ਮਈ ਨੂੰ ਉੱਥੇ ਫੌਜ ਪਹੁੰਚੀ ਉਦੋਂ ਸਾਰੀ ਫੌਜ ਨੂੰ ਦੱਸਿਆ ਗਿਆ ਕਿ ਹਰੀ ਸਿੰਘ ਨਲੂਏ ਨੂੰ ਸ਼ਹੀਦ ਹੋਏ ਨੂੰ ਅੱਜ 6ਵਾਂ ਦਿਨ ਹੋ ਗਿਆ। ਸੋ ਇਹ ਕੌਮ ਦਾ ਉਹ ਜਰਨੈਲ ਸੀ ਜਿਸ ਨੇ ਇੰਨਾ ਵੱਡਾ ਇਲਾਕਾ ਫਤਿਹ ਕੀਤਾ, ਅਤੇ ਮੈਂ ਸੋਚਦਾ ਕਿ ਸ਼ਰਧਾ ਦੇ ਨਾਲ ਸਿਰ ਝੁਕਦਾ ਹੈ, ਜਿਸ ਕੌਮ ਦਾ ਐਡਾ ਵੱਡਾ ਜਰਨੈਲ ਸੀ ਉਸ ਕੌਮ ਨੂੰ ਕੋਈ ਯਾਦ ਨਹੀਂ। ਅੱਜ ਇੱਕ ਤੁਹਾਡੇ ਪਿੰਡ ਦੇ ਵਿੱਚ, ਇੱਕ ਦੋ ਹੋਰ ਥਾਵਾਂ 'ਤੇ ਮੈਂ ਵੇਖਿਆ ਕਿ ਉਹਦੇ ਸ਼ਹੀਦੀ ਦਿਹਾੜੇ ਨੂੰ ਮਨਾਇਆ ਜਾ ਰਿਹਾ, ਸ਼ਰਧਾ ਦੇ ਨਾਲ ਸਾਰੀ ਕੌਮ ਨੂੰ ਕੋਈ ਚੇਤਾ ਨਹੀਂ। ਔਰ ਖਾਸ ਕਰਕੇ ਇਹ ਹਿੰਦੁਸਤਾਨ ਦੇ ਲੋਕ ਜਿਨ੍ਹਾਂ ਨੂੰ ਤਾਂ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਛੁੱਟੀ ਕਰਨੀ ਚਾਹੀਦੀ ਸੀ ਕਿ ਜੇ ਕਿਤੇ ਦਰਾਏ ਖੈਬਰ ਦੇ ਉੱਪਰ ਹਰੀ ਸਿੰਘ ਨਲੂਏ ਵਰਗਾ ਜਰਨੈਲ ਖਾਲਸਾ ਹੀ ਨਿਸ਼ਾਨ ਸਾਹਿਬ ਨਾ ਲਹਿਰਾਉਂਦਾ ਤਾਂ ਕਦੀ ਵੀ ਇਹ ਇਲਾਕਾ ਪੰਜਾਬ ਦਾ ਹਿੱਸਾ ਨਾ ਬਣਦਾ। ਅੱਜ ਜੇ ਪੰਜਾਬ ਅਤੇ ਇੱਥੋਂ ਦਿੱਲੀ ਤੱਕ ਦਾ ਇਲਾਕਾ ਹਿੰਦੁਸਤਾਨ ਦਾ ਹਿੱਸਾ ਹੈ ਤਾਂ ਉਸ ਜਰਨੈਲ ਦੀ ਸ਼ਹਾਦਤ ਦੇ ਸਦਕਾ ਹੈ। ਸੋ ਵਕਤ ਥੋੜ੍ਹਾ ਜ਼ਿਆਦਾ ਲੈ ਗਿਆ, ਇੰਨੀਆਂ ਬੇਨਤੀਆਂ ਪਰਵਾਹ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।